ਦੁਕਾਨਦਾਰ ਵੀ ਹੈਗੇ ਨਾ, ਹਾਂਜੀ, ਲੋਕਾਂ ਨੂੰ ਪਤਾ, ਸਾਰਿਆਂ ਨੂੰ ਪਤਾ ਵੀ ਕਿਹੜੇ ਵੇਚਦੇ ਕਿਹੜੇ ਨਹੀਂ ਵੇਚਦੇ, ਚਾਹੇ ਕੋਈ ਵੀ ਹੈ, ਡਾਕਟਰ ਵੀ ਹੈ, ਕੋਈ ਵੀ ਆਰ ਐਮ ਪੀ ਡਾਕਟਰ ਹੈ, ਕੋਈ ਵੀ ਨਸ਼ਾ ਵੇਚਦਾ, ਕੋਈ ਵੀ ਨਸ਼ਾ ਵੇਚਦਾ, ਚਾਹੇ ਮਤਲਬ ਕਿ ਮੇਰਾ ਭਰਾ ਵੀ ਆ ਜੇ ਨਸ਼ਾ ਵੇਚਦਾ, ਤਾਂ ਉਹਦੇ ਤੋਂ ਵੀ ਕਾਰਵਾਈ ਕਰੋ, ਜਿਹੜੇ ਬਾਕੀ ਬਾਕੀ ਦੁਕਾਨਾਂ ਵਾਲੇ ਉਹਨਾਂ ਨੂੰ ਵੀ ਕਹੋ ਵੀ ਭਾਈ ਗੱਲ ਤੋਂ, ਜਾਂ ਤਾਂ ਇੱਥੋਂ ਨਸ਼ੇ ਬੰਦ ਕਰ ਦਿਓ, ਜਾਂ ਫਿਰ ਅਸੀਂ ਮੇਰਾ ਤੰਦ ਕਰਨੇ ਆਉਂਦੇ ਬਸ ਕਰ ਸਕਦੇ ਭਾਈ। ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਵੀ ਆਪਾਂ ਇਕੱਠੇ ਹੋ ਗਏ ਨਾ ਸਾਰੇ ਜਣੇ ਜਿੱਥੇ ਬੈਠੇ ਅੱਜ, ਵੀ ਇੱਦਾਂ ਟੀਮ ਦੇ ਨਾਲ ਰਾਜ ਨੂੰ ਲੈ ਕੇ ਖੜੇ ਹੋ ਕੇ ਗੱਲ ਕਰੋ, ਖੜੇ ਹੋ ਕੇ ਗੱਲ ਕਰੋ ਵੀ ਆਪਾਂ ਰਾਜੇ ਨੂੰ ਅਲੋਟਮੈਂਟ ਤੱਕ ਬਹਿ ਕੇ ਨਸ਼ਾ ਵੇਚਦਾ ਬੰਦੇ ਉਹਦੇ ਵਿਰੁੱਧ ਜਿਹੜੀ ਕੇਸ ਚਲਾਉਣੀ ਨਾ ਭਾਈ, ਕੋਈ ਪਿੰਡ ਦੇ ਵਿੱਚ ਕੰਮ ਨਹੀਂ ਦੇ ਦੀਏ, ਹਰੇਕ ਬੰਦੇ ਪਤਾ ਲੱਗ ਜੂਗਾ ਬੱਚੇ ਕਿੱਦਣ ਤੁਰੇ ਵੇ ਕਿੱਦਣ ਨਹੀਂ, ਅਤੇ ਉਹਨੂੰ ਰੋਕਣ ਦੇ ਲਈ ਆਪਾਂ ਇੱਕ ਅਨਾਊਂਸਮੈਂਟ ਕਰਾਉਂਦੇ ਵੀ ਭਾਈ ਜਿਹੜੇ ਨਸ਼ੇ ਕਰਦੇ ਆਪਣੇ ਬੱਚਿਆਂ ਨੂੰ ਸਾਂਭੋ, ਵੀ ਆ ਇੱਕ ਵਾਰਨ ਤੁਹਾਨੂੰ ਕਰਿਆ ਜਾ ਰਿਹਾ, ਜੇ ਕੋਈ ਫੜਿਆ ਗਿਆ ਵੀ ਅਸੀਂ ਛਡਾਉਣ ਨਹੀਂ ਜਾਣਾ, ਅਸੀਂ ਨਾਲ ਹੋ ਕੇ ਪਰਚਾ ਕਰਾ ਕੇ ਅੰਦਰ ਕਰਾਉਣੇ ਆ, ਔਰ ਪਾਰਟੀ ਵਾਈਜ਼ ਦੇ ਉੱਪਰ ਉੱਠਣਾ ਪੈਣਾ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਕਾਂਗਰਸੀ ਹੈ, ਚਾਹੇ ਝਾੜੂ ਹੈ, ਚਾਹੇ ਹੋਰ ਨਜ਼ਰ ਕੁਛ ਵੀ ਹੈ, ਜਾਤ ਪਾਤ ਦੇ ਉੱਪਰ ਉੱਠ ਕੇ ਕੱਲ੍ਹ ਨੂੰ ਇਹ ਨਾ ਹੋਵੇ ਵੀ ਇਹ ਬਾਈ ਦਾ ਬੱਚਾ ਮੈਨੂੰ ਗਲਤ ਰਸਤੇ ਤੁਰਿਆ ਵੀ ਮੈਂ ਟੋਕਣਾ ਬੱਚੇ ਨੂੰ, ਵੀ ਮਾਂ ਬਾਪਾਂ ਨੂੰ ਵੀ ਫੋਨ ਕਰਨਾ ਜਾ ਕੇ ਵੀ ਬਾਈ ਆਹ ਤੁਹਾਡਾ ਬੱਚਾ ਗਲਤ ਪਾਸੇ ਨਹੀਂ ਜਾ ਰਿਹਾ, ਇਹ ਸਾਨੂੰ ਬੀੜਾ ਚੱਕਣਾ ਪੈਣਾ ਵੀਰ, ਪੰਚਾਇਤ ਨੂੰ ਵਿੱਚ ਦੋਹੇ ਪੰਚਾਇਤਾਂ ਦੋਹੇ ਸਰਪੰਚ ਜਿੰਨੇ ਵੀ ਪੰਚ ਆਪਣੇ ਇਕੱਠੇ ਹੋ ਗਏ ਸਾਰੇ ਉਪਰਾਲੇ ਨੂੰ ਉੱਪਰ ਲੈ ਕੇ ਜਾਂਦੇ, ਔਰ ਜਿਹੜਾ ਬੰਦਾ ਵੀ ਨਸ਼ੇ ਨੂੰ ਛਡਾਉਣ ਦੇ ਲਈ ਫੋਨ ਕਰਦਾ, ਚਾਹੇ ਉਹ ਪੋਲੀਟੀਕਲ ਕੈਰੀਅਰ, ਚਾਹੇ ਉਹ ਸਾਡੇ ਕੰਗ ਆ, ਚਾਹੇ ਉਹ ਗੇਲ ਆ ਕਿਸੇ ਪਾਰਟੀ ਦਾ, ਚਾਹੇ ਉਹ ਝਾੜੂ ਦਾ ਹੈ, ਜਿਹੜਾ ਬੰਦਾ ਉੱਪਰਲੇ ਲੈਵਲ ਦੀ ਪ੍ਰੈਸ਼ਰ ਪਾਉਂਦਾ ਉਹਦੇ ਵੱਧ ਵੀ ਆਪਾਂ ਐਕਸ਼ਨ ਲਓ, ਪ੍ਰੈਸ ਨਾਲ ਲਓ, ਆਮ ਪਬਲਿਕਲੀ ਰੋਡ ਸ਼ੋਅ ਕਰੋ ਵੀ ਇਹ ਬੰਦਾ ਸਾਡੇ ਇੱਕਣਾ ਵੀ ਨਸ਼ੇ ਦੇ ਉਹਦੇ ਤਖਸ਼ ਨੂੰ ਛੁਡਾਉਂਦਾ ਹੈ ਜਾਂ ਉਹ ਕਰਦਾ ਹੈ, ਇਹ ਸਾਡੇ ਲਈ ਬਹੁਤ ਜ਼ਰੂਰੀ ਆ ਭਾਈ, ਕਿਉਂਕਿ ਨਸ਼ੇ ਦੀ ਅੱਗ ਇੱਦਾਂ ਦੀ ਹੈ ਜਿਵੇਂ ਕਣਕ ਦੇ ਖੇਤ ਨੂੰ ਪੱਕੀ ਫਸਲ ਨੂੰ ਅੱਗ ਲੱਗ ਜਾਂਦੀ ਨਾ, ਹਵਾ ਦੇ ਬੁੱਲੇ ਨਾਲ ਇੱਧਰ ਨੂੰ ਚੱਲੇਗੀ, ਦੁਬਾਰਾ ਇੱਧਰ ਨੂੰ ਚੱਲੇਗੀ, ਇਹ ਵੀ ਚੀਜ਼ ਉਹੀ ਆ, ਕਿਉਂਕਿ ਆਉਣ ਵਾਲੀ ਪੀੜ੍ਹੀ ਜਵਾਨ ਹੋ ਰਹੀ ਹੈ, ਸਾਡੇ ਬੱਚੇ ਬੜੇ ਹੋ ਗਏ ਥੋੜ੍ਹੇ ਜਿਹੇ, ਕੁਛ ਬੱਚੇ ਛੋਟੇ ਲੈਵਲ 'ਤੇ ਉਹਨਾਂ ਨੇ ਬੜੇ ਹੋਣਾ, ਉਹਨਾਂ ਦੇ ਜੇ ਅੱਜ ਆਪਾਂ ਰੋਕੂਗੇ ਨਾ ਨਸ਼ੇ ਵਾਲਿਆਂ ਨੂੰ ਤਾਂ ਆਪਣੇ ਬੱਚੇ ਬਚਣਗੇ ਭਾਈ, ਤਾਂ ਆਪਣੇ ਪਿੰਡ ਦਾ ਕੋਈ ਸੁਧਾਰ ਹੋ ਸਕਦਾ, ਬਾਕੀ ਜਿਹੜੇ ਕਈ ਬੰਦੇ ਹੁਣ ਪਿੱਛੇ ਹੁਣ ਪਰਸੋਂ ਉੱਥੇ ਦੀ ਗੱਲ ਹੈ ਵੀ ਤਿੰਨ ਬੰਦੇ ਫੜੇ ਤੇ ਨਸ਼ੇ ਵਾਲੇ, ਇੱਕ ਭੱਜ ਗਏ, ਦੋ ਫੜ ਲਏ ਤੇ ਮੌਕੇ ਵਾਰਦਾਤ ਪਾ, ਇਹ ਭਾਅ ਜੀ ਸੀ ਆਪਣੇ ਕੀ ਨਾਂ, ਨਾ ਤਾਂ ਮੈਂ ਜਾਣਦਾ ਨਹੀਂ ਹੈਗਾ, ਹੋਰ ਮੁੰਡੇ ਸੀ ਅਤੇ ਆਪਣੇ ਖਾਲਸਾ ਜੀ ਬੁਲਾਏ ਟੀ ਵੀ ਵਾਲੇ ਵੀ, ਉਹ ਵਿੱਚ ਫੜੇ ਬੰਦੇ ਉੱਥੇ ਵੀ ਬੰਦਿਆਂ ਨੂੰ ਫੋਨ ਵੀ ਕਰੇ ਗਏ ਵੀ ਛਡਾਓ, ਉਹ ਕੁਛ ਟਾਈਮ ਬਾਅਦ ਫਿਰ ਉੱਪਰਲੇ ਹੌਈ ਲਾਬੀ 'ਤੇ ਫੋਨ ਕਰਾ ਕੇ ਉਹਨਾਂ ਨੂੰ ਛਡਾ ਦਿੱਤਾ ਗਿਆ, ਉਹਨਾਂ ਬੰਦਿਆਂ ਨੂੰ ਵੀ ਸੁਨੇਹਾ ਲਾਓ ਵੀ ਭਾਈ ਆ ਇੱਕ ਗਲਤੀ ਤੁਸੀਂ ਕਰ ਲਈ, ਵੀ ਗਾਹਾਂ ਜੀ ਤੁਹਾਡੀ ਗਲਤੀ ਪਾਈ ਗਈ ਆ, ਤੁਹਾਡਾ ਪਿੰਡ 'ਤੇ ਵੀ ਬਾਈਕਾਟ ਕਰਿਆ ਜਾਊਗਾ ਔਰ ਤੁਹਾਡਾ ਕੜਾਪਾ ਵੀ ਚਾੜਿਆ ਜਾਊਗਾ, ਇੰਨਾ ਹੀ ਕਹਿੰਦੇ ਹੋਏ ਬਾਈ, ਮੈਂ ਧੰਨਵਾਦ। ਨਜ਼ਾਰ ਰੱਖੋ ਤੁਸੀਂ ਵੀ ਆਪਣੇ, ਵਾਰਨਿੰਗ ਦਿੱਤੀ ਜਾਵੇ ਯਾਰ ਕਿ ਜਿਹੜੇ ਗਲਤ ਮਾਫ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਵੀ ਬਹੁਤ ਵੱਡਾ ਨਗਰ ਆ ਆਪਣਾ,
ਵੀ ਆਪਣੀ ਇੰਨੀ ਵੱਡੀ ਤੁਸੀਂ ਮੁਹਿੰਮ ਸ਼ੁਰੂ ਕਰਨ ਲੱਗੇ ਹੈ ਅਤੇ ਗਿਣਤੀ ਆਪਣੀ ਦੇਖ ਲਓ 25-30 ਸਰੀਰ ਆ, ਬਹੁਤ ਸ਼ਰਮ ਵਾਲੀ ਗੱਲ ਹੈ ਜੀ ਇਹ ਤਾਂ ਪਹਿਲੀ ਗੱਲ। ਦੂਜੀ ਗੱਲ ਇਹ ਹੈ ਵੀ ਸਤਿ ਸ਼੍ਰੀ ਅਕਾਲ ਸਰ, ਜਿਹੜੀ ਨਸ਼ਿਆਂ ਖਿਲਾਫ਼ ਮੁਹਿੰਮ ਅੱਜ ਸਰਕਾਰ ਕਹਿ ਰਹੀ ਹੈ ਵੀ ਆਪਣੇ ਨਸ਼ੇ ਬੰਦ ਕਰਨੇ ਹੈ, ਪਹਿਲਾਂ ਆਪਾਂ ਦੇਖੋ ਵੀ ਇਹਦੀ ਜੜ੍ਹ ਕਿੱਥੋਂ ਹੈ, ਨਸ਼ੇ ਜੜ੍ਹ ਕਿੱਥੋਂ ਚੱਲਦੀ ਹੈ। ਆਪਣੇ ਵਿੱਚ ਬਹੁਤ ਬੰਦੇ ਹਜੇ ਬੈਠੇ ਜਿਹੜੇ ਪੰਚ ਸਰਪੰਚ ਹੈ, ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ, ਕਿਸੇ ਤਰ੍ਹਾਂ ਵੀ ਲੜੀ ਹੈ ਕਿ ਆਪਾਂ ਵੋਟਾਂ ਲੈਣ ਦੇ ਬਦਲੇ ਕਦੇ ਨਸ਼ਾ ਵਰਤਾਇਆ। ਪਹਿਲਾਂ ਆਪਣੇ ਘਰ 'ਚ ਦੇਖਣਾ, ਆਪਣਾ ਗੁੱਸਾ ਨਾ ਕਰੋ ਮੇਰੇ ਗੱਲ ਦਾ ਵੀਰੇ। ਇੱਥੇ ਤਾਂ SGPC ਦੀਆਂ ਚੋਣਾਂ ਵਿੱਚ ਜਿਹੜੇ ਮੈਂਬਰ ਲੜਦੇ ਆ ਉਹ ਵੀ ਦਾਰੂਆਂ ਪਿਲਾਉਂਦੇ ਆ। ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਵਾਸਤੇ ਜਿਹੜੀ ਕਮੇਟੀ ਹੈ ਉਹ ਵੀ ਨਸ਼ਾ ਵਰਤਾਉਂਦੇ ਆ, ਅਸੀਂ ਕਿੱਥੇ ਜਾਵਾਂਗੇ। ਦੂਜੀ ਗੱਲ, ਨਸ਼ੇ 2-3 ਤਰ੍ਹਾਂ ਦੇ ਆ ਜੀ। ਅੱਜ ਨਸ਼ਿਆਂ ਦੀ ਇੱਕ ਆਵਾਜ਼ ਉੱਠ ਰਹੀ ਹੈ ਵੀ ਫੀਮ ਔਰ ਭੁੱਕੀ ਦੀ ਜਿਹੜੀ ਖੇਤੀ ਹੈ ਜਾਂ ਉਹਨੂੰ ਮਾਨਤਾ ਦਿੱਤੀ ਜਾਵੇ, ਜਿੱਦਾਂ UP ਅਤੇ ਰਾਜਸਥਾਨ ਵਿੱਚ ਠੇਕੇ ਨਾ ਭੁੱਕੀ ਦੇ, ਉਹ ਕਿਉਂ ਮੰਗ ਉੱਠ ਰਹੀ ਹੈ? ਉਹਦਾ ਕਾਰਨ ਇਹ ਵੀ ਜਿਹੜਾ ਕੀ ਕਹਿੰਦੇ ਸਿੰਥੈਟਿਕ ਨਸ਼ਾ ਕਹਿੰਦੇ ਕੀ ਕਹਿੰਦੇ ਇਹਨਾਂ ਨੂੰ, ਜਿਹੜਾ ਇਹ ਨਸ਼ਾ ਚੱਲ ਪਿਆ ਵੀ ਇਹ ਇੱਕ ਜਾਨਲੇਵਾ ਆ ਅਤੇ ਉਹ ਜਾਨਲੇਵਾ ਨਹੀਂ ਹੈ। ਨਸ਼ਾ ਤਾਂ ਨਸ਼ਾ ਹੈ, ਕੋਈ ਵੀ ਕਿਸੇ ਤਰ੍ਹਾਂ ਵੀ ਨਸ਼ਾ ਤਾਂ ਨਸ਼ਾ ਹੀ ਹੈ। ਕਿਸੇ ਦੇ ਧੀ ਪੁੱਤ ਨੂੰ ਨਾ ਲਾਵੇ, ਅਸੀਂ ਆਪਣੇ ਪਰਿਵਾਰ 'ਚ ਨਸ਼ੇ ਦਾ ਸੰਤਾਪ ਹੰਢਾਇਆ ਅਤੇ ਸ਼ਾਇਦ ਅੱਜ ਵੀ ਹੰਢਾ ਰਹੇ ਹਾਂ ਅਸੀਂ, ਮੈਂ ਸੱਚ ਕਹਿ ਰਿਹਾ, ਠੀਕ ਹੈ ਜੀ? ਕਿਉਂਕਿ ਨਸ਼ਾ ਇੱਕ ਇਹ ਚੀਜ਼ ਜਿਹੜਾ ਬੰਦੇ ਨੂੰ ਲੱਗ ਗਿਆ ਉਹ ਚੜ੍ਹਦੀ ਉਮਰ ਤਾਂ ਛੱਡ ਸਕਦਾ, ਜਿਹੜਾ 50 ਸਾਲ 40-45-50 ਸਾਲ ਦਾ ਹੋਊਗਾ ਬੰਦਾ ਨਸ਼ਾ ਨਹੀਂ ਛੱਡ ਸਕਦਾ ਫਿਰ। ਅਤੇ ਜਿਹਨੂੰ ਨਸ਼ਾ ਲੱਗ ਗਿਆ ਆਪਾਂ ਉਹਨੂੰ ਕੁੱਟਣ ਤੁਰ ਪੈਂਦੇ ਹਾਂ, ਉਹ ਤਾਂ ਪਹਿਲਾਂ ਹੀ ਕੁਦਰਤ ਨੇ ਮਾਰ ਲਿਆ ਇੱਕਦਮ ਬੰਦਾ ਵਿਚਾਰਾ। ਨਸ਼ਾ ਲੱਗ ਗਿਆ, ਕਿਸ ਤਰ੍ਹਾਂ ਲੱਗਿਆ ਪਤਾ ਨਹੀਂ, ਕਿੱਦਾਂ ਲੱਗਿਆ, ਕਿਹਨੇ ਲਾਇਆ ਉਹ, ਆਪਾਂ ਉਹਨੂੰ ਕੁੱਟ ਰਹੇ ਹਾਂ, ਜੜ੍ਹ ਫੜਦੇ ਨਹੀਂ ਆਪਾਂ। ਜਿਹੜਾ ਨਸ਼ਾ ਵੇਚਦਾ ਅਤੇ ਐਡਾ ਵੱਡਾ ਕੰਮ, ਜੇ ਤੁਸੀਂ ਕਹਿ ਦਿਓ ਕੋਈ ਵੀ ਗੈਰ ਕਾਨੂੰਨੀ ਕੰਮ ਐਡਾ ਵੱਡਾ, ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਪੁਲਿਸ ਕਹਿ ਦੇਵੇ ਨਾ ਸਾਨੂੰ ਪਤਾ ਨਹੀਂ ਕੌਣ ਵੇਚਦਾ ਨਾ, ਇਹ ਨਹੀਂ ਹੋ ਸਕਦਾ, ਸਭ ਪਤਾ ਇਹਨਾਂ ਨੂੰ। ਪਰ ਗੱਲ ਉਹੀ ਆ ਗਈ ਵੀ ਇੱਕ ਬੰਦਾ ਫੜ ਲਿਆ, ਵੇਚਦਾ ਫੜ ਲਿਆ ਅਤੇ ਇੱਕ ਸਿਆਸੀ ਬੰਦਾ ਨੂੰ ਛੁਡਾ ਲਿਆ ਆ। ਇਹਨਾਂ ਗੱਲਾਂ ਤੋਂ ਆਪਾਂ ਨੂੰ ਉੱਪਰ ਉੱਠਣਾ ਪੈਣਾ ਹੈ। ਪਹਿਲੀ ਗੱਲ ਤਾਂ ਜੀ, ਆਪਾਂ ਆਪਣਾ ਪਿੰਡ ਆ, ਕੋਈ ਅਕਾਲੀ ਹੈ, ਵੀਰ ਕਾਂਗਰਸੀ ਹੈ, ਆਪਾਂ ਤਾਂ ਚਲੋ ਕਿਸੇ ਪਾਰਟੀ ਦੇ ਸੰਬੰਧ ਰੱਖਦੇ, ਸਭ ਦਾ ਸਤਿਕਾਰ ਹੈ, ਜਿਹੜਾ ਕੰਮ ਠੀਕ ਕਰਦਾ ਠੀਕ ਹੈ, ਗਲਤ ਕਰਦਾ ਗਲਤ ਹੈ, ਠੀਕ ਹੈ ਜੀ? ਆਪਾਂ ਮੂੰਹ 'ਤੇ ਕਹਿਣ ਨੂੰ ਤਿਆਰ ਹਾਂ। ਕੋਈ ਵੀ ਇਹਦੇ ਵਿੱਚ ਪਾਰਟੀ ਬਾਜ਼ ਨਹੀਂ ਹੋਣੀ ਚਾਹੀਦੀ, ਇੱਕ ਤਾਂ ਸਰਪੰਚ ਸਾਹਿਬ ਬੈਠੇ ਆ, ਇੱਧਰ ਵੀ ਸਰਪੰਚ ਸਾਹਿਬ ਬੈਠੇ ਆ, ਠੀਕ ਹੈ ਜੀ? ਇਹਦੇ ਵਿੱਚ ਜਿਹੜਾ ਵੀ ਬੰਦਾ, ਖਾਸ ਕਰ ਬਾਹਰੋਂ ਜਿਹੜੇ ਮੁੰਡੇ ਆਉਂਦੇ ਆ, ਆਪਾਂ ਨੇ ਸਿੰਘਾਂ ਦੀ ਡਿਊਟੀ ਲਾਈ ਵੀ, ਮੈਂ ਇੱਕ ਗਰੁੱਪ ਬਣਾਇਆ ਵਾ ਖਿਜਰਾਬਾਦ ਪਿੰਡ, ਤੁਸੀਂ ਸਾਰੇ ਉਹਦੇ 'ਚ ਹੈਗੇ ਕਾਫੀ ਬੰਦੇ, ਉਹਦੇ ਬਹੁਤ ਦੇਰ ਪਹਿਲਾਂ ਵੀ ਲਿਖ ਕੇ ਪਾਇਆ ਸੀ ਵੀ ਜਿਹੜਾ ਬੰਦਾ ਨਸ਼ਾ ਵੇਚਣ ਖਿਜਰਾਬਾਦ 'ਚੋਂ ਸਾਨੂੰ ਦੱਸਿਆ ਜਾਵੇ। ਮੈਂ ਤਾਂ ਘਰ ਹੁੰਦਾ ਨਹੀਂ, ਸਵੇਰੇ ਜਾਂਦਾ ਸ਼ਾਮ ਨੂੰ, ਉੱਥੇ ਸਿੰਘਾਂ ਦੀ ਡਿਊਟੀ ਲਾਈ ਸੀ, ਆਪਣੀ ਡਿਊਟੀ ਨਿਭਾ ਰਹੇ ਹਾਂ ਚੰਗੀ ਤਰ੍ਹਾਂ। ਪਰ ਅਫਸੋਸ ਦੀ ਗੱਲ ਇਹ ਹੈ ਵੀ ਬੰਦੇ ਫੜ ਲੈਂਦੇ ਆ ਅਤੇ ਉਹ ਬੰਦਿਆਂ ਨੂੰ ਕੋਈ ਨਾ ਕੋਈ ਛੁਡਾ ਲਿਆਉਂਦਾ ਜਾ ਕੇ। ਇਹਦੇ ਬਾਰੇ ਆਪਾਂ ਨੂੰ ਅੱਜ ਇੱਕ ਇੱਥੇ ਵਿਚਾਰ ਕਰ ਲਓ, ਜਿਹੜੇ ਬੰਦੇ ਨਸ਼ੇ 'ਚ ਲੱਗ ਗਏ ਉਹਨਾਂ ਦਾ ਆਪਾਂ ਨੇ ਕੀ ਕਰਨਾ ਆ, ਉਹ ਕਿੱਦਾਂ ਨਸ਼ਾ ਛੱਡ ਸਕਦੇ ਆ, ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੇਣਾ ਆ, ਨਸ਼ਾ ਮੁਕਤੀ ਕੇਂਦਰ ਜਿੱਦਾਂ ਵੀ ਹੈਗਾ ਉਹਦਾ ਖਰਚਾ ਕਿਹਨੇ ਕਰਨਾ ਆ, ਸਰਕਾਰਾਂ ਕਰਦੀਆਂ ਨਹੀਂ ਕਰਦੀਆਂ, ਇਹ ਅੱਜ ਵਿਚਾਰ ਇੱਥੇ ਕਰੀ ਜਾਵੇ। ਇੱਕ ਤਾਂ ਜੀ ਜਿਹੜੇ ਪਿੰਡ ਦੇ ਬੰਦੇ, ਤੁਹਾਨੂੰ ਪਤਾ ਵੀ ਇਹ ਬੰਦਾ ਨਸ਼ਾ ਕਰਦਾ, ਆਪਾਂ ਨੇ ਇਹ ਬੰਦੇ ਨੂੰ ਇਹਦਾ ਨਸ਼ਾ ਛਡਾਉਣਾ ਆ, ਅੱਜ ਉਹਦੀ ਚਾਹੇ ਲਿਸਟ ਬਣਾ ਲਓ ਜਿੱਦਾਂ ਮਰਜ਼ੀ ਕਰ ਲਓ, ਨਾ ਜਨਤਕ ਨਾ ਹੋਵੇ ਉਹਦਾ, ਉਹਦਾ ਇਲਾਜ ਕਰਾਓ ਵੀਰ, ਕਿਉਂਕਿ ਇੱਕ ਇਹੋ ਜਿਹੀ ਬਿਮਾਰੀ ਹੈ, ਇੱਕ ਵਾਰੀ ਲੱਗ ਗਿਆ ਮੁੜ ਕੇ ਇਹ ਛੁੱਟਣਾ ਬਹੁਤ ਔਖਾ ਆ। ਜੇ ਹੁਣ ਬੰਦਾ ਛੱਡਦਾ ਆ, ਚੜ੍ਹਦੀ ਉਮਰ 20-22-25 ਸਾਲ ਦੀ ਉਮਰ 'ਚ, ਤਾਂ ਛੁੱਟ ਸਕਦਾ ਆ ਇਹ। ਜਾਂ ਤਾਂ ਤੁਸੀਂ ਕੋਈ ਆਪਣੀ ਕਮੇਟੀ ਬਣਾ ਲਓ ਇੱਕ, ਉਹਦੇ ਵਿੱਚ ਮਾੜੀ ਮੋਟੀ ਆਰਥਿਕ ਮਦਦ ਵੀ ਆਪਾਂ ਨੂੰ ਮੈਂ ਕਹਿੰਦਾ ਕਰਨੀ ਚਾਹੀਦੀ ਹੈ, ਮਹੀਨੇ 100-200 ਜਿੰਨਾ ਆਪਾਂ ਕਰ ਸਕਦੇ ਮਾੜਾ ਮੋਟਾ, ਉਹਦੀ ਕੋਈ ਚਾਹੇ ਅਕਾਊਂਟ ਖਿਲਾ ਲਓ, ਚਾਹੇ ਆਪਾਂ ਕਿਸੇ ਨੂੰ ਜ਼ਿੰਮੇਵਾਰੀ ਸੌਂਪ ਦਿਓ ਜ਼ਿੰਮੇਵਾਰ ਬੰਦੇ ਨੂੰ ਉਹਦੀ ਮਦਦ ਵਾਸਤੇ। ਬਾਕੀ ਸਰਕਾਰਾਂ ਤੋਂ ਸਾਨੂੰ ਇਸ ਕੰਮ ਦੀ ਕੋਈ ਉਮੀਦ ਨਹੀਂ। ਜੇ ਆਪਾਂ ਕਹਿ ਦਈਏ ਵੀ ਆਪਾਂ ਸਰਕਾਰਾਂ ਸਾਨੂੰ ਇਸ ਕੰਮ ਤੋਂ ਛੁਡਾ ਸਕਦੀਆਂ, ਨਸ਼ਾ ਛੁਡਾ ਨਹੀਂ, ਉਹ ਨਹੀਂ, ਉਹ ਸਿਰਫ ਆਪਣੀ ਸੱਤਾ ਹਾਸਲ ਕਰਨ ਵਾਸਤੇ ਝੂਠੇ ਵਾਅਦੇ
ਕੁਛ ਸਮੇਂ ਵਾਸਤੇ ਕਰੇ ਜਾਂਦੇ, ਮੁੜ ਕੇ ਉਹ ਪੂਰੇ ਨਹੀਂ ਹੁੰਦੇ। ਆਪਾਂ ਕਿਸੇ ਨਾਲ ਕੋਸਦੇ, ਇਹ ਸਾਰੇ ਜਾਣੀ ਕਿ ਜੋ ਚੱਲੇ ਆ ਰਿਹਾ ਦਸਤੂਰ ਉਹੀ ਹੈ। ਬਾਕੀ ਸਾਰੇ ਆਪਣੇ ਜਿੱਦਾਂ ਸਲਾਹ ਦੇ ਦਿਓ, ਮੈਂ ਤਾਂ ਕਹਿੰਦਾ ਕਮੇਟੀ ਬਣਾ ਲਓ ਜੀ, ਜਿਹੜੇ ਬੱਚੇ ਆਪਣੇ ਨਸ਼ੇ 'ਚ ਪੈ ਗਏ ਉਹਨਾਂ ਨੂੰ ਛਡਾਉਣ ਵਾਸਤੇ ਆਪਾਂ ਨੇ ਕੀ ਉਪਰਾਲਾ ਕਰਨਾ। ਅੱਜ ਇੱਥੇ ਵਿਚਾਰ ਕਰ ਲਓ, ਜਿਹੜਾ ਕੋਈ ਬਾਹਰ ਦਾ ਬੰਦਾ ਇੱਥੇ ਨਸ਼ਾ ਵੇਚਣ ਆਉਂਦਾ ਜਾਂ ਖਿਜਰਾਬਾਦ ਦਾ ਬੰਦਾ ਨਸ਼ਾ ਵੇਚਦਾ ਆ, ਅਸੀਂ ਨੂੰ ਹੱਥ ਬੰਨ ਕੇ ਬੇਨਤੀ ਕਰਨ ਦੇ ਵੀਰੇ ਆਹ ਕੰਮ ਛੱਡ ਦੇ, ਹੋਰ ਕੰਮ ਕਰ ਲੈ ਕੋਈ, ਵੀ ਬਾਅਦ 'ਚ ਤੇਰਾ ਵਾਧੇ ਕਾਟਿਆ ਜ਼ਿੰਮੇਵਾਰ ਤੂੰ ਹੋਊਗਾ। ਅਸੀਂ ਉਹਦਿਨ SHO ਨੂੰ ਮਿਲੇ ਸੀਗੇ ਇਸ ਸੰਬੰਧ 'ਚ, SHO ਨੂੰ ਮੈਂ ਖੜਾ ਹੋ ਕੇ ਕਹਿਤਾ ਸੀ ਵੀਰ ਜੀ ਵੀ ਜਿਹੜਾ ਨਸ਼ੇ ਵਾਲਾ ਬੰਦਾ ਖਿਦਰਾਵਾਂ 'ਚ ਫੜ ਲਿਆ ਤੁਹਾਨੂੰ ਬਾਅਦ 'ਚ ਦੇਣਾ, ਪਹਿਲਾਂ ਅਸੀਂ ਆਪਣੇ ਹਿਸਾਬ ਨਾਲ ਉਹਦਾ ਹਿਸਾਬ ਕਿਤਾਬ ਉਹਦਾ ਕਰਨਾ ਆ। ਉਹ SHO ਮੰਨਿਆ, ਕਹਿੰਦਾ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਮਰਜ਼ੀ ਮਾਰੋ ਕੁੱਟੋ ਜੋ ਮਰਜ਼ੀ ਕਰੋ, ਨਸ਼ਾ ਵੇਚਣ ਵਾਲਾ ਮੈਂ, ਕਰਨ ਵਾਲੇ ਨੂੰ ਮਾਰਨ ਦੇ ਹੱਕ 'ਚ ਨਹੀਂ ਹੈ। ਜਿਹੜਾ ਲੱਗ ਗਿਆ ਉਹਨੂੰ ਛਡਾਉਣ ਵਾਸਤੇ ਆਪਾਂ ਨੇ ਕੀ ਹਿਸਾਬ ਕਿਤਾਬ ਕਰਨਾ, ਅੱਜ ਆਪਾਂ ਸਿਆਣੇ ਬੰਦੇ ਬੈਠੇ ਆ ਵਿਚਾਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ TV ਚੈਨਲ ਦਾ ਸਾਡੇ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਜਾਂਦਾ, ਜਿਨ੍ਹਾਂ ਨੇ ਕਿ ਨੰਬਰ 1 ਪ੍ਰਸ਼ਾਸਨ ਨੂੰ, ਸਰਕਾਰ ਨੂੰ ਸੜਕਾਂ ਬਾਰੇ ਸੂਚਿਤ ਕੀਤਾ ਜਿਹਦਾ ਅਸਰ ਹੋਇਆ, ਸੜਕਾਂ ਬਣਨ ਲੱਗ ਗਈਆਂ। ਫਿਰ ਇਹਨਾਂ ਨੇ ਦੇਹਧਾਰੀ ਬਾਬਿਆਂ ਦੇ ਖਿਲਾਫ਼ ਏਜੰਡਾ ਚੱਕਿਆ, ਅਸੀਂ ਵੀ ਨਾਲ ਸੀ ਇਹਨਾਂ ਦੇ, ਇਹਨਾਂ ਦੀ ਮਿਹਨਤ ਦੇ ਸਦਕਾ ਕਾਫ਼ੀ ਫਰਕ ਪਿਆ ਹੈ, ਬਾਬਿਆਂ ਨੂੰ ਵੀ ਨੰਗਾ ਕੀਤਾ। ਜਿਹੜੇ ਬਾਬੇ ਗੁਰੂ ਗ੍ਰੰਥ ਸਾਹਿਬ ਦਾ ਸਵਾਂਗ ਰਚ ਕੇ ਇੱਕ ਕਿਤਾਬ ਨੂੰ ਮੱਥੇ ਟਿਕਾਉਂਦੇ ਰਹੇ, ਇਹਨਾਂ ਨੇ ਉਹਦਾ ਵੀ ਪਰਦਾਫਾਸ਼ ਕੀਤਾ, ਉਹ ਵੀ ਇਹਨਾਂ ਦਾ ਬਹੁਤ ਧੰਨਵਾਦ ਹੈ। ਤੀਜੇ ਨੰਬਰ 'ਤੇ ਇਹਨਾਂ ਨੇ ਨਸ਼ੇੜੀਆਂ ਦੇ ਖਿਲਾਫ਼ ਮੁਹਿੰਮ ਛੇੜੀ ਹੈ, ਭਾਵੇਂ ਸਾਡੇ ਬੁੱਢਾ ਦਲ ਦੇ ਬੰਦੇ ਮੂਹਰੇ ਹੋਏ ਨੇ, ਨਾਲ ਇਹ ਵੀ ਨੇ, ਬੰਦੇ ਫੜੇ ਨੇ। ਮੈਂ ਚਾਹੁੰਦਾ ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਬੰਦਿਆਂ ਦਾ ਧੰਨਵਾਦ ਕਰਨਾ ਚਾਹੀਦਾ, ਜਿਨ੍ਹਾਂ ਦਾ ਬੱਚਾ ਉਹਨਾਂ ਦੇ ਕਹਿਣ 'ਤੇ ਨਹੀਂ ਹਟਿਆ, ਇਹਨਾਂ ਨੇ ਪਕੜ ਲਿਆ, ਇਹ ਹੁਣ ਮਿੰਨਤਾਂ ਕਰਦਾ। ਮੇਰੀ ਮੈਨੂੰ ਪਤਾ ਲੱਗਿਆ ਕਿ ਇੱਕ ਥਾਣੇ ਦਾ ਮੁੰਡਾ ਪਕੜਿਆ ਗਿਆ, ਉਹਦਾ ਬਾਪ ਧੰਨਵਾਦ ਕਰਨ ਵਾਸਤੇ ਆਇਆ ਵੀ ਸਾਡਾ ਤਾਂ ਮੁੰਡਾ ਅੰਦਰ ਤਾਂ ਨਹੀਂ ਨਿਕਲਦਾ, ਇਹਨਾਂ ਦਾ ਬਹੁਤ ਧੰਨਵਾਦ ਆ, ਜਿਹੜਾ ਸਾਡੇ ਕੋਲੋਂ ਨਹੀਂ ਸਮਝਿਆ ਇਹਨਾਂ ਨੇ ਸਮਝਾਤਾ। ਸੋ ਬੜਾ ਧੰਨਵਾਦ ਹੈ ਉਹਨਾਂ ਲੋਕਾਂ ਦਾ। ਅਤੇ ਅਗਲੀ ਬੇਨਤੀ ਇਹ ਹੈ, ਪਤਾ ਲੱਗਿਆ ਕਿ ਖਾਲਸਾ TV ਚੈਨਲ ਦੇ ਪ੍ਰਬੰਧਕ ਨੂੰ, ਇਹਨਾਂ ਕਮਲਦੀਪ ਨੂੰ ਇੱਕ ਧਮਕੀ ਮਿਲੀ ਹੈ, ਜਿਹਨਾਂ ਧਮਕੀ ਦਿੱਤੀ ਹੈ, ਮੈਂ ਬੇਨਤੀ ਕਰਦਾ ਵੀ ਤੁਹਾਡੇ ਪੁਰਖੇ ਸ਼੍ਰੀਨਗਰ ਤੋਂ, ਕਸ਼ਮੀਰ ਤੋਂ ਕਿਰਪਾ ਰਾਮ ਦੀ ਸ਼ਕਲ ਵਿੱਚ ਜਥਾ ਦੇ ਆਗੂ ਬਣ ਕੇ ਅਨੰਦਪੁਰ ਸਾਹਿਬ ਪਹੁੰਚੇ ਸੀ, ਪਰ ਗੁਰੂ ਤੇਗ ਬਹਾਦਰ ਨੇ ਤੁਹਾਡੀ ਸੁਣਵਾਈ ਕੀਤੀ, ਤੁਹਾਡੀ ਤਕਲੀਫ ਸੁਣੀ, ਤੁਹਾਡੇ ਪਿੱਛੇ ਆਪਣੀ ਸ਼ਹਾਦਤ ਦਿੱਤੀ, ਆਪਣਾ ਸੀਸ ਦਿੱਤਾ। ਉਸੇ ਗੁਰੂ ਦੇ ਖਾਲਸਾ ਚੈਨਲ ਦੇ ਸਿੱਖ ਨੇ ਇਹ, ਜਿਨ੍ਹਾਂ ਨੂੰ ਤੁਸੀਂ ਧਮਕੀ ਦਿੱਤੀ ਹੈ। ਸਾਡੇ ਨਗਰ ਨਿਵਾਸੀ ਦੋਹੇ ਪੰਚਾਇਤਾਂ ਬੈਠੀਆਂ ਨੇ, ਧੰਨਵਾਦ ਹੈ ਦੋਹੇ ਪੰਚਾਇਤਾਂ ਸਰਪੰਚ ਸਾਹਿਬ ਦਾ,
ਦੋਹੇ ਸਰਪੰਚਾਂ ਦਾ, ਕੁਸ਼ਲਪਾਲ ਜੀ ਬੈਠੇ ਨੇ ਪੰਚ ਜਿਹੜੇ ਕਿ ਆਪਣੀ ਪੰਚਾਇਤ ਨੂੰ ਚਲਾ ਰਹੇ ਨੇ, ਗੁਰਿੰਦਰ ਸਿੰਘ ਜੀ ਬੈਠੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਇਸ ਪਰ ਉਹਦੇ 'ਚ ਸ਼ਾਮਿਲ ਹੋਏ ਨੇ, ਸਾਰੀਆਂ ਸੰਗਤਾਂ ਦਾ। ਮੈਂ ਉਸ ਬੱਚੇ ਨੂੰ ਭਾਵੇਂ ਸਾਡੇ ਸਾਡਾ ਉਹ ਬੱਚਾ ਹੈ ਕਿਸੇ ਦੇ ਚੱਕੇ ਚੁਕਾਇਆ ਉਹਨਾਂ ਧਮਕੀ ਦਿੱਤੀ ਹੈ, ਜਾਂ ਤਾਂ ਸਰਪੰਚ ਸਾਹਿਬ ਕੋਲ ਜਾ ਕੇ ਮਾਫ਼ੀ ਮੰਗ ਲਵੇ, ਨਹੀਂ ਫਿਰ ਟਾਈਮ ਦੱਸ ਦੇਵੇ ਵੀ ਕਿੱਥੇ ਤੈਂ ਆਉਣਾ ਹੈ, ਕਿੱਥੇ ਮਿਲਣਾ ਹੈ, ਫਿਰ ਤੈਨੂੰ ਦੂਏ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ। ਸੋ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ, ਸਾਰੇ ਪੰਜਾਬ ਵਿੱਚ ਇਹ ਚਿੱਟੇ ਨੇ ਪਿੰਡ ਪਿੰਡ ਚੌਕੀਆਂ ਬਣਵਾ ਤੀਆਂ, ਕਈ ਪਿੰਡਾਂ 'ਚ ਇਹ ਵੀ ਹੋ ਗਿਆ ਕੋਈ ਬੰਦਾ ਆਪਣੀ ਲੜਕੀ ਦਾ ਰਿਸ਼ਤਾ ਕਰਨ ਨੂੰ ਤਿਆਰ ਨਹੀਂ, ਪਿੰਡਾਂ ਦੇ ਪਿੰਡ ਨਸ਼ਈ ਹੋ ਗਏ, ਕਿਸੇ ਦਾ ਰਿਸ਼ਤਾ ਨਹੀਂ ਹੋ ਰਿਹਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ 'ਚ ਸ਼ੁਰੂਆਤ ਹੋਣ ਲੱਗੀ ਹੈ, ਇਹਨੂੰ ਪਹਿਲਾਂ ਹੀ ਦਬਾ ਦਿੱਤਾ ਜਾਵੇ। ਸੋ ਸਾਰੀ ਪੰਚਾਇਤ ਨੂੰ ਬੇਨਤੀ ਹੈ ਬਾਈ, ਸਰਪੰਚ ਅੱਗੇ ਨੂੰ ਬਣਿਆ ਨਾ ਬਣੇ, ਪੰਚ ਅੱਗੇ ਨੂੰ ਬਣਿਆ ਨਾ ਬਣੇ, ਇਹ ਇੱਕ ਪਾਸੇ ਰੱਖ ਕੇ ਸ਼ਰੇਆਮ ਜੇ ਕੋਈ ਵੇਚਦਾ ਫੜਾ ਦਿਉ ਉਹਨੂੰ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਤੁਸੀਂ ਸਰਪੰਚ ਫੇਲ ਨਹੀਂ ਹੋਊਂਗੇ, ਅੱਗੇ ਨੂੰ ਤੁਹਾਡੇ ਲੋਕ ਸਤਿਕਾਰ ਕਰੂੰਗੇ, ਉਹਨਾਂ ਦੇ ਮਾਂ ਬਾਪ ਵੀ ਤੁਹਾਡਾ ਸਤਿਕਾਰ ਕਰੂੰਗੇ ਜਿਨ੍ਹਾਂ ਦੇ ਬੱਚੇ ਨੂੰ ਤੁਸੀਂ ਬਚਾ ਤਾ ਮਰਨ ਤੋਂ ਜਾਂ ਬੱਚਾ ਪੈਦਾ ਕਰਨ ਤੋਂ। ਸੋ ਮੈਂ ਸਾਰੀਆਂ ਸੰਗਤਾਂ ਨੂੰ, ਸਾਰੀਆਂ ਵੀਰਾਂ ਨੂੰ, ਸਾਰੀ ਪੰਚਾਇਤ ਨੂੰ, ਇਹ ਬੁੱਢਾ ਦਲ ਵਾਲੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੁਹਿੰਮ ਸ਼ੁਰੂ ਕਰੀ ਹੈ। ਲਾਸਟ ਵਿੱਚ ਮੈਂ ਬੇਨਤੀ ਕਰੂੰਗਾ ਕਿ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਆ ਰਿਹਾ, ਦੀਨ ਦੁਨੀਆ ਦੇ ਪਾਤਸ਼ਾਹ ਦਾ ਸਾਰਾ ਵਰਲਡ ਮਨਾ ਰਿਹਾ ਹੈ, ਸਾਰਾ ਹਿੰਦੁਸਤਾਨ ਮਨਾ ਰਿਹਾ ਹੈ, ਸਾਰੀਆਂ ਜਾਤਾਂ ਮਨਾ ਰਹੀਆਂ ਨੇ, ਸਾਰੇ ਧਰਮ ਮਨਾ ਰਹੇ ਨੇ। ਸੋ ਸਾਡੇ ਨਗਰ ਸਾਡੀ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਈਏ। ਉਹਦੇ ਸੰਬੰਧ ਵਿੱਚ 12, 13, 14, 15 ਨੂੰ ਅਕਤੂਬਰ ਨੂੰ ਦਿਨ ਰੱਖੇ ਨੇ, ਜਿਹਦੇ ਵਿੱਚ ਪਹਿਲੇ ਦਿਨ ਗੁਲਾਮ ਹੈਦਰ ਕਾਦਰੀ ਮੁਸਲਮਾਨ ਵੀਰ ਨੇ, ਬਹੁਤ ਵੱਡੇ ਵਿਦਵਾਨ ਨੇ, ਉਹਨਾਂ ਨੇ ਆ ਕੇ ਸੰਬੋਧਨ ਕਰਨਾ, ਕਥਾ ਕਰਨੀ ਹੈ। 13 ਅਤੇ 14 ਨੂੰ ਸਰਦਾਰ ਸਰਬਜੀਤ ਸਿੰਘ ਜੀ ਹਿੰਦੁਸਤਾਨ ਦੇ ਮਹਾਨ ਵਿਦਵਾਨ ਨੇ, ਉਹਨਾਂ ਨੇ ਕਥਾ ਕਰਨੀ ਹੈ। 15 ਤਰੀਕ ਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਹੈ, 15 ਨੂੰ ਫਿਰ ਗੁਲਾਮ ਹੈਦਰੀ ਨੇ ਆਉਣਾ ਹੈ, ਕਾਦਰੀ ਨੇ ਆਉਣਾ ਹੈ 15 ਤਰੀਕ ਨੂੰ ਦਿਨ ਵਿੱਚ 11 ਅਤੇ 1 ਵਜੇ ਤੱਕ, ਫਿਰ ਉਹ ਕਥਾ ਕਰਨਗੇ ਸਾਰੇ ਇਲਾਕੇ ਨੂੰ, ਸਾਰੇ ਨਗਰ ਨਿਵਾਸੀਆਂ ਨੂੰ, ਸਾਰੀਆਂ ਮੇਰੀਆਂ ਜਿਹੜੇ ਵੀਰ ਬੈਠੇ ਨੇ ਉਰੇ, ਭਾਵੇਂ ਕਿਸੇ ਵੀ ਜਾਤ ਦਾ ਹੋਵੇ, ਮੇਰੀ ਹੱਥ ਵੱਧਣਗੇ ਬੇਨਤੀ ਹੈ ਉਹਨਾਂ ਦੀ ਹਾਜ਼ਰੀ, ਅਸੀਂ ਇੱਥੇ 12, 13, 14, 15 ਨੂੰ ਹਾਜ਼ਰੀ ਚਾਹੁੰਦੇ ਹਾਂ। ਅਸੀਂ ਤੁਹਾਡੇ ਤੋਂ ਕੁਛ ਨਹੀਂ ਮੰਗਦੇ, ਪਰ ਤੁਹਾਡੀ ਹਾਜ਼ਰੀ, ਵਿਦਵਾਨ ਬਹੁਤ ਬੜੇ ਹੈ, ਜੇ ਵਕਤੇ ਅੱਗੇ ਬੰਦਾ ਨਾ ਬੈਠਾ ਹੋਵੇ ਸੁਣਨ ਆਵੇ, ਸੁਣਨ ਵਾਲਾ ਕਥਾ ਵਾਚਕ ਦੇ ਅੱਗੇ ਸਵਾਦ ਨਹੀਂ ਆਉਂਦਾ। ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਬਈ ਸਾਰੀ ਸੰਗਤਾਂ ਉੱਥੇ ਵੀ ਆਇਓ, ਜਿਹੜੀ ਇਹ ਮੁਹਿੰਮ ਸ਼ੁਰੂ ਕਰੀ ਹੈ ਨਸ਼ਿਆਂ ਦੇ ਖਿਲਾਫ਼, ਉਹਦੇ 'ਚ ਵੀ ਪੂਰਾ ਸਾਥ ਦਿਓ। ਜੇ ਕੋਈ ਵੇਚਦਾ ਹੈ, ਉਹਦਾ ਪੜੋਸੀ ਹੋਵੇ, ਕੋਈ ਹੋਵੇ, ਉਹਨੂੰ ਉਸੇ ਟਾਈਮ ਪੁਲਿਸ ਨੂੰ ਸੂਚਿਤ ਕਰੋ ਜਾਂ ਸਰਪੰਚ ਨੂੰ ਸੂਚਿਤ ਕਰੋ, ਸਰਪੰਚ ਪੁਲਿਸ ਨੂੰ ਸੂਚਿਤ ਕਰੇ,
ਇਹਨਾਂ ਹੀ ਸ਼ਬਦਾਂ ਨਾਲ ਸਾਰੀਆਂ ਸੰਗਤਾਂ ਦਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ, ਖਾਲਸਾ ਟੀ ਵੀ ਵਾਲਿਆਂ ਦਾ ਖਾਸ ਕਰਕੇ ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਹੀ ਲਾ ਲਓ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਛੇੜੀ ਗਈ ਹੈ ਉਹਦੇ ਖਿਲਾਫ ਕਰਨਾ ਜੀ। ਬਸ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਗੱਲ ਕਰ ਰਹੇ ਨੇ ਸਾਰੇ ਭੈਣ ਅਤੇ ਭਰਾ ਵੱਡੇ ਆ ਸਾਰੇ, ਜੋ ਜਥਾ ਬਣਾਇਆ ਇਸ ਜਥੇ ਵਾਲਿਆਂ ਨੇ ਵੀ ਸਾਰਿਆਂ ਨੇ ਸਾਰਾ ਕੁਛ ਸੋਚ ਸਮਝ ਕੇ ਬਹੁਤ ਕਦਮ ਚੱਕਿਆ ਵੀ ਕਿ ਬੱਚੇ ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਜਦੋਂ ਦੇਖਦੇ ਹਾਂ ਬਹੁਤ ਮਾਂ ਦਾ ਇੱਕ ਦਿਲ ਹੁੰਦਾ ਜਿਹੜਾ ਕਿੰਨਾ ਦੁਖੀ ਹੁੰਦਾ ਇਹ ਵੀ ਸਾਡਾ ਬੱਚਾ ਕੀ ਕਰ ਰਿਹਾ ਹੈ ਅੱਜ ਦੇ ਜ਼ਮਾਨੇ ਵਿੱਚ। ਬੱਚੇ ਨੂੰ ਜਾਣਾ ਪਹਿਚਾਣਾ ਮਾਂ ਕਿੱਥੇ ਚਾਹੁੰਦੀ ਆ, ਪਰ ਜਦੋਂ ਬੱਚਾ ਪਹਿਲਾਂ ਹੀ ਇਹਨਾਂ ਕੰਮਾਂ ਵਿੱਚ ਪੈ ਜਾਂਦਾ ਫਿਰ ਉਹਦਾ ਦਿਲ ਕੀ ਕਹਿੰਦਾ ਹੈ। ਇਹ ਤਾਂ ਇਹੀ ਮਾਂ ਹੀ ਜਾਣਦੀ ਹੁੰਦੀ ਆ, ਆਪ ਸਾਰੇ ਵੀਰ ਜਾਣਦੇ ਹੀ ਹੋ। ਅੱਜ ਕੱਲ੍ਹ ਆਪਣੇ ਪਹਿਲਾਂ ਜਦੋਂ 20-25 ਸਾਲ ਪਹਿਲਾਂ ਜਦੋਂ ਇਸ ਪਿੰਡ ਵਿੱਚ ਆਏ ਸੀ ਦਾਸੀ ਤਾਂ ਇਹੀ ਸੋਚਦੇ ਸੀ, ਕਹਿੰਦੇ ਸੀ ਪਿੰਡ ਬਹੁਤ ਵਧੀਆ ਹੈ। ਘਰ ਜਾ ਕੇ ਗੱਲ ਵੀ ਕਰਦੇ ਸੀਗੇ ਵੀ ਉੱਥੇ ਕੋਈ ਨਸ਼ੇ ਦੀ ਇੱਦਾਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਨਹੀਂ ਛੋਟੇ ਛੋਟੇ ਪਿੰਡਾਂ 'ਚ ਬੜੇ ਨਸ਼ੇ ਹੁੰਦੇ ਸੀ, ਪਰ ਇੱਥੇ ਬਹੁਤ ਵਧੀਆ ਮਾਹੌਲ ਸੀਗਾ। ਹੁਣ ਥੋੜ੍ਹੇ ਜਿਹੇ 10 ਕੁ ਸਾਲਾਂ ਤੋਂ ਲੈ ਕੇ ਪਤਾ ਨਹੀਂ ਕਿੱਥੋਂ ਨਸ਼ਾ ਆ ਵੜਿਆ, ਛੋਟੇ ਛੋਟੇ ਬੱਚੇ ਹੁੰਦੇ ਆ ਜਿਹੜੇ ਐਡੇ ਐਡੇ ਨਸ਼ਿਆਂ ਦੇ ਵਿੱਚ ਵੜ ਜਾਂਦੇ ਆ ਅਤੇ 5-4 ਬੱਚਿਆਂ ਨੂੰ ਹੋਰ ਵੀ ਵਿਗਾੜਦੇ ਆ। ਬਹੁਤ ਗੰਦੀਆਂ ਆਦਤਾਂ ਪੈ ਜਾਂਦੀਆਂ ਬੱਚਿਆਂ 'ਚ, ਫਿਰ ਬੱਚਿਆਂ ਨੂੰ ਸਮਝਣਾ ਮੁੜਨਾ ਬਹੁਤ ਮੁਸ਼ਕਿਲ ਹੈ। ਜਿੱਦਾਂ ਕਹਿੰਦੇ ਵੀ ਜੇ ਆਪਾਂ ਰਸਤਾ ਤੁਰਿਆ ਜਾਂਦੇ ਹਾਂ ਤਾਂ ਇੱਕ ਰਸਤਾ ਥੋੜ੍ਹਾ ਜਿਹਾ ਗਲਤ ਚਲੇ ਜਾਈਏ ਫਿਰ ਤਾਂ ਅਸੀਂ ਸੋਚਦੇ ਹਾਂ ਵੀ ਚਲੋ ਮੁੜ ਗਿਆ ਤਾਂ ਛੇਤੀ ਹੀ ਫਾਇਦਾ ਹੋ ਜਾਂਦਾ, ਬੱਚਾ ਫਿਰ ਛੇਤੀ ਹੀ ਸੰਭਲ ਜਾਂਦਾ। ਜਦੋਂ ਲੰਬਾ ਰਸਤਾ ਤੈਅ ਕਰਦੇ ਹਾਂ ਸਾਨੂੰ ਕਿੰਨਾ ਪੈਟਰੋਲ ਵੀ ਖਰਚ ਹੋਊਗਾ, ਜਦੋਂ ਵਾਪਸ ਮੁੜਾਂਗੇ ਤਾਂ ਫਿਰ ਮੁਸ਼ਕਿਲ ਵੀ ਹੁੰਦਾ ਹੈ, ਸਾਨੂੰ ਦੂਰ ਦੀ ਵਾਟ ਕੱਢਣੀ ਵੀ ਬੜੀ ਔਖੀ ਹੋ ਜਾਂਦੀ ਆ। ਅਸੀਂ ਇਹੀ ਸੋਚਦੇ ਹਾਂ, ਸਾਰਿਆਂ ਦਾ ਇਹੀ ਸਾਵਧਾਨ ਧਿਆਨ ਆ ਜਿਹੜੀ ਨਵੀਂ ਪੀੜ੍ਹੀ ਆਈ ਉੱਠੀ ਆ ਜਿਨ੍ਹਾਂ ਨੇ ਕਦਮ ਚੱਕਿਆ ਇਹ ਵੀ ਅਸੀਂ ਨਸ਼ਾ ਮੁਕਤ ਇਸ ਪਿੰਡ ਵਿੱਚੋਂ ਕਰਨਾ ਹੈ ਅਤੇ ਆਲੇ ਦੁਆਲੇ ਦੇ ਪਿੰਡਾਂ ਦਾ ਵੀ ਸੁਧਾਰ ਕਰਨਾ ਹੈ, ਤਾਂ ਹੀ ਹੋਊਗਾ ਜੇ ਅਸੀਂ ਆਪਣੇ ਆਲੇ ਦੁਆਲਾ ਸੰਵਾਰਾਂਗੇ ਤਾਂ ਹੀ ਸਾਡਾ ਪਿੰਡ ਸੁਧਰੂਗਾ। ਪਹਿਲਾਂ ਅਸੀਂ ਘਰ ਤੋਂ ਸ਼ੁਰੂ ਕਰਨਾ, ਸਾਡੇ ਘਰ ਵਿੱਚ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ, ਫਿਰ ਅਸੀਂ ਆਲੇ ਦੁਆਲੇ ਨੂੰ ਦੇਖਣਾ ਵੀ ਸਾਡਾ ਆਲਾ ਦੁਆਲਾ ਠੀਕ ਹੈ, ਫਿਰ ਅਸੀਂ ਪਿੰਡ ਨੂੰ ਸੁਧਾਰ ਸਕਦੇ ਹਾਂ। ਦਾਸੀ ਦੀ ਇਹੀ ਅਰਦਾਸ ਹੈ ਵੀ ਸਾਰੇ ਆਪਣਾ ਇਹ ਕਦਮ ਚੱਕਿਆ ਅਤੇ ਉਹਦੇ ਵਿੱਚ ਅਸੀਂ ਨਿਗਾਹ ਮਾਰੀਏ ਅਤੇ ਦੇਖੀਏ ਜੋ ਸਾਡਾ ਆਪਣਾ ਫਰਜ਼ ਬਣਦਾ ਸੀ ਉਹਨਾਂ 'ਤੇ ਵੀ ਧਿਆਨ ਦਿੰਦੇ ਜਾਈਏ। ਇਹੀ ਕਹਿਣਾ ਚਾਹੁੰਦੀ ਹੈ ਵੀ ਨਸ਼ੇ 'ਤੇ ਤਾਂ ਅੱਜ ਕੱਲ੍ਹ ਸਾਰੇ ਹੀ ਤੰਗ ਹੈ, ਕਿ ਜੇ ਭੁੱਕੀ ਦਾ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਨਸ਼ਾ ਤਾਂ ਨਸ਼ਾ ਹੀ ਹੈ, ਚਾਹੇ ਬੀੜੀ ਦਾ ਹੋਵੇ ਤੰਬਾਕੂ ਦਾ ਹੋਵੇ। ਪਰ ਬੱਚੇ ਸਮਝਦੇ ਹੀ ਨਹੀਂ, ਅੱਜ ਕੱਲ੍ਹ ਬੱਚੇ ਪਤਾ ਨਹੀਂ ਮਾਂ ਬਾਪਾਂ ਦੀ ਤਾਂ ਗੱਲ ਨੂੰ ਮੈਨੂੰ ਲੱਗਦਾ ਵੀ ਸਮਝਦੇ ਹੀ ਨਹੀਂ, ਪਰ ਮਾਂ ਬਾਪ ਦੁਖੀ ਬਹੁਤ ਹੁੰਦੇ ਆ, ਉਹ ਕਹਿ ਵੀ ਨਹੀਂ ਸਕਦੇ, ਬੱਚੇ ਤੰਗ ਕਰਦੇ ਆ। ਇੱਕ ਦਾਸੀ ਨੂੰ ਕਿਸੇ ਦੇ ਨਾਲ ਜਾਣ ਦਾ ਮੌਕਾ ਮਿਲਦਾ, ਉਹਦੇ ਨਾਲ ਮੈਂ 1-2 ਤਰੀਕਾਂ 'ਤੇ ਵੀ ਗਈ, ਪਰ ਕੀ ਦੇਖਿਆ ਉਹਦੀ ਜਨਾਨੀ ਨੂੰ ਵੀ ਕਈ ਮਤਲਬ ਵਾਰ ਵਾਰ ਚਲੀ ਜਾਂਦੀ, ਦੁਖੀ ਹੋ ਕੇ ਚਲੇ ਜਾਂਦੀ ਆ, ਫਿਰ ਆਉਂਦੇ ਆ ਤਰੀਕਾਂ ਪੈਂਦੀਆਂ, ਫਿਰ ਆ ਜਾਂਦੀ ਥੋੜ੍ਹਾ ਬਹੁਤ ਚਿਰ ਰਹਿੰਦੀ ਅਤੇ ਫਿਰ ਚਲੀ ਜਾਂਦੀ ਦੁਖੀ ਹੋ ਕੇ ਜਾਂਦੀ। ਇੱਕ ਦਿਨ ਕੀ ਦੇਖਿਆ, ਮੈਂ ਆ ਰਹੀ ਸੀ ਬਾਹਰੋਂ ਕਿਤੋਂ ਤਾਂ ਬਾਜ਼ਾਰ ਵਿੱਚ ਆਪਣੀ ਮਾਂ ਨੂੰ ਮੁੰਡੇ ਨੇ ਕੱਢ ਕੇ ਬਾਹਰ ਖੜ੍ਹੀ ਕਰੀ ਹੋਈ ਬਾਜ਼ਾਰ ਦੇ ਵਿੱਚ, ਉਹ ਰੌਲਾ ਪਾਉਂਦੀ ਆ, ਪਿੰਡ ਦੀ ਗੱਲ ਅੱਖੀਂ ਦੇਖਣ ਦੀ ਗੱਲ ਹੈ। ਉਸ ਟਾਈਮ ਮੁੰਡੇ ਨੂੰ ਕਹਿ ਵੀ ਕੁਛ ਨਹੀਂ ਦੇ ਸਕਦੇ, ਪਰ ਦੂਸਰੇ ਦਿਨ ਜ਼ਰੂਰ ਕਿਹਾ ਵੀ ਭਾਈ ਇਹ ਗਲਤ ਹੈ, ਜਦੋਂ ਤੂੰ ਆਪਣੀ ਮਾਂ ਨਾਲ ਇਹ ਵਿਹਾਰ ਕਰਦਾ ਤੂੰ ਹੋਰਾਂ ਨੂੰ ਕਿੱਦਾਂ ਸਤਿਕਾਰ ਦੇਵੇਂਗਾ।
ਜਦੋਂ ਉਹਨੇ ਫਿਰ ਕਹਿੰਦਾ ਨਹੀਂ ਜੀ ਅੱਜ ਦੇ ਨਹੀਂ ਕਰਦਾ, ਪਰ ਬੱਚੇ ਕਿੱਥੇ ਛੇਤੀ ਛੇਤੀ ਨਹੀਂ ਸੰਭਲਦੇ। ਫਿਰ ਉਹ ਜਦੋਂ ਵੀ ਮਿਲਿਆ ਹੁਣ ਮੈਨੂੰ, ਇਹਨੂੰ ਇਹੀ ਕਿਹਾ ਵੀ ਤੂੰ ਜਦੋਂ ਆਪਣੀ ਮਾਂ ਦਾ ਸਤਿਕਾਰ ਕਰੇਂਗਾ ਤਾਂ ਹੀ ਤੂੰ ਹੋਰਾਂ ਦਾ ਕਰਨਾ ਸਿੱਖੇਗਾ ਸਤਿਕਾਰ, ਨਹੀਂ ਤੇਰੇ ਦਿਲ ਵਿੱਚ ਮੈਂ ਨਹੀਂ ਚਾਹੁੰਦੀ ਵੀ ਤੇਰੇ, ਮੈਨੂੰ ਨਹੀਂ ਪਤਾ ਵੀ ਤੂੰ ਦਿਲੋਂ ਕਿਸ ਦਾ ਸਤਿਕਾਰ ਕਰੇਂਗਾ। ਮਜ਼ਾਕ ਹੀ ਉਡਾਉਂਦੇ ਅੱਜ ਕੱਲ੍ਹ ਦੇ ਬੱਚੇ, ਪਤਾ ਹੀ ਆ ਤੁਹਾਨੂੰ, ਮਾੜੀ ਜਿਹੀ ਗੱਲ ਕਹਿ ਦਿਉ ਤਾਂ ਮਜ਼ਾਕ ਚੱਕ ਲੈਂਦੇ ਹਾਂ। ਬਾਕੀ ਤਾਂ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਨਸ਼ੇ ਤੋਂ ਮੁਕਤ ਹੋ ਜਾਣ ਤਾਂ ਬਹੁਤ ਵਧੀਆ ਏ, ਚਾਹੇ ਜਿਸ ਢੰਗ ਨਾਲ ਵੀ ਹੋਣ ਉਹਨਾਂ ਨੂੰ, ਜਦੋਂ ਚਾਹੇ ਕਿਸੇ, ਜਿਸ ਤਰ੍ਹਾਂ ਕਿਹਾ ਭਾਈ ਸਾਹਿਬ ਨੇ ਵੀ ਹੋਸਪਿਟਲ ਸੁਵਿਧਾ ਜਿੱਥੇ ਵੀ ਦੇ ਉਹਨਾਂ ਨੂੰ ਦਾਖਲ ਕਰਾਉਣਾ, ਜਿੱਦਾਂ ਵੀ ਹੈ, ਜੇ ਆਪਣੇ ਆਪ ਛੱਡਦੇ ਆ ਤਾਂ ਆਪਣੇ ਆਪ ਠੀਕ ਆ, ਨਹੀਂ ਤਾਂ ਬੱਚੇ ਪਿੱਛੇ ਜੇ ਦਾਸੀ ਨੇ ਜਦੋਂ ਇਹ ਮੁੱਦਾ ਚੁੱਕਿਆ, ਮਤਾ ਪਾਇਆ ਸੀ ਅਸੀਂ ਸਭ ਤੋਂ ਪਹਿਲਾਂ ਵੀ ਅਸੀਂ ਨਸ਼ਾ ਮੁਕਤ ਵਿੱਚੋਂ ਕੱਢਣਾ ਪਿੰਡ ਦੇ, ਤਾਂ ਸਾਡੇ ਇੱਕ ਨਾਂ ਤਾਂ ਲੈਣਾ ਨਹੀਂ ਹੈ ਮੈਂ, ਉਹਨਾਂ ਨੇ ਜਦ ਹੀ ਕਦਮ ਚ ਕਹਿ ਦਿੱਤਾ, ਕਹਿੰਦੇ ਇਹ ਨਵੇਂ ਸਰਪੰਚ ਬਣੇ ਆ, ਇਹ ਇਸ ਤਰ੍ਹਾਂ ਲੱਗੇ ਕਰਨ, ਇਸ ਤਰ੍ਹਾਂ ਲੱਗੇ ਕਰਨ, ਹੁਣ ਤੱਕ ਇੰਨੇ ਸਰਪੰਚ ਬਣ ਬਣ ਕੇ ਚਲੇ ਗਏ। ਵੀ ਇੱਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਜਦੋਂ ਅਗਲਾ ਕੋਈ ਗੱਲ ਕਹਿੰਦਾ, ਜਿਹੜੇ ਬੱਚੇ ਕਰਦੇ ਆ ਉਹ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ, ਔਰ ਜਦੋਂ ਉਹਨਾਂ ਦੀ ਜ਼ਿੰਦਗੀ ਸੁਧਰਦੀ ਹੈ ਫਿਰ ਪਤਾ ਲੱਗਦਾ ਵੀ ਇਹ ਗੱਲ ਹੈ ਕੀ ਆ। ਬਸ ਇਹੀ ਦਾਸੀ ਦਾ ਕਹਿਣਾ ਚਾਹੂਗੀ ਵੀ ਸਾਰਿਆਂ ਦਾ ਧੰਨਵਾਦ ਹੀ ਕਰਦੀ ਹਾਂ ਕਿ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਅਤੇ ਇਹ ਮੁੱਦਾ ਸਫਲ ਵੀ ਹੋ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਇਹ ਮੁੱਦਾ ਸਫਲ ਹੋ ਜਾਏ, ਸਾਰੇ ਕਾਮਯਾਬ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਹੈ, ਕੋਈ ਵੀ ਪਿੰਡ ਦਾ ਮੋਤਵਾਰ ਕੋਈ ਵੀ ਬੰਦਾ ਕਿਸੇ ਨਸ਼ਾ ਵੇਚਣ ਵਾਲੇ ਦੀ ਜਾਂ ਕਿਸੇ ਨਸ਼ਾ ਕਰਨ ਵਾਲੇ ਦੀ ਜ਼ਮਾਨਤ ਦੇਣੀ ਚਾਹੁੰਦਾ ਤਾਂ ਉਹ ਦੇ ਸਕਦਾ, ਪਰ ਗੱਲ ਇੱਦਾਂ ਕਿ ਉਹ ਬੰਦਾ ਇੱਥੇ ਖੜ ਕੇ ਗਰੰਟੀ ਦੇ ਕੇ ਜਾਵੇ ਵੀ ਹਾਂ ਮੈਂ ਉਹਦਾ ਨਸ਼ਾ ਛਡਾਊਂਗਾ। ਅਸੀਂ ਨਹੀਂ ਚਾਹੁੰਦੇ ਵੀ ਕਿਹਾ ਕਿਸੇ ਦੀ ਪੰਚਾਇਤ 'ਤੇ ਕਿਤੇ ਵੋਟਾਂ ਖਰਾਬ ਕਰੀਏ, ਕੋਈ ਇੱਦਾਂ ਦੀ ਗੱਲ ਨਹੀਂ, ਅਸੀਂ ਆਪਣਾ ਪਿੰਡ ਦਾ ਮਾਹੌਲ ਵੀ ਖਰਾਬ ਨਹੀਂ ਕਰਨਾ ਚਾਹੁੰਦੇ, ਕਿਸੇ ਦੁਸ਼ਮਣੀ ਵੀ ਨਹੀਂ ਪਾਉਣਾ ਚਾਹੁੰਦੇ। ਕੋਈ ਵੀ ਬੰਦਾ ਜਿਹੜਾ ਕਹਿੰਦਾ ਹਾਂ ਮੈਂ ਉਹ ਬੰਦੇ ਦੀ ਜ਼ਮਾਨਤ ਦੇਣੀ ਮੈਂ ਦੇਣੀ ਚਾਹੁੰਦਾ, ਉਹ ਇੱਥੇ ਖੜ ਕੇ ਆਪਣੀ ਗਰੰਟੀ ਦੇ ਕੇ ਜਾਵੇ ਮੈਂ ਉਹ ਬੰਦੇ ਦਾ ਨਸ਼ਾ ਛਡਾਊਂਗਾ। ਉਸ ਤੋਂ ਬਾਅਦ ਜੇ ਬੰਦਾ ਜਮਾਨਤ 'ਤੇ ਆ ਕੇ ਉੱਦਾਂ ਹੀ ਉਹਦੇ ਹਿੱਲੇ ਰਹੇ ਫਿਰ ਉਹ ਬੰਦਾ ਵੀ ਆਪਣੀ ਖੈਰ ਮਨਾਵੇ ਅਤੇ ਜਿਹੜਾ ਜਮਾਨਤ ਦੇਣ ਵਾਲਾ ਉਹ ਵੀ ਆਪਣੀ ਖੈਰ ਮਨਾਵੇ। ਦੂਸਰੀ ਗੱਲ, ਅਸੀਂ ਉੱਥੇ ਅੱਧਾ ਪਿੰਡ ਖੜ੍ਹਾ ਸੀ ਜਦੋਂ ਇਹ ਵਾਰਦਾਤ ਹੋਈ ਆ, ਅਤੇ ਜਦੋਂ ਇਸ ਗੱਲ ਦਾ ਨਤੀਜਾ ਨਿਕਲ ਗਿਆ ਹਾਂ ਜਦੋਂ ਧਮਕੀਆਂ ਦਈਆਂ ਜੀ ਹਾਂ ਜੀ ਇੱਦਾਂ ਕਰ ਦਾਂਗੇ ਅਸੀਂ ਇੱਦਾਂ ਕਰ ਦਾਂਗੇ, ਸਿਰਫ ਅਸੀਂ ਚਾਰ ਬੰਦੇ ਰਹਿ ਗਏ। ਇਸ ਵਾਰ ਤਾਂ ਉੱਥੇ ਵੀ ਇਸ ਤੋਂ ਜ਼ਿਆਦਾ ਇਕੱਠ ਸੀ, ਸਿਰਫ ਅਸੀਂ ਚਾਰ ਬੰਦੇ ਰਹਿ ਗਏ, ਬਾਕੀ ਸਭ ਆਪਣੇ ਆਪਣੇ ਘਰਾਂ ਜਾ ਕੇ ਵੜ ਗਏ। ਸੋ ਇਹ ਗੱਲ ਇੱਦਾਂ ਹੈ ਵੀ ਇੱਥੇ ਬੰਦਾ ਉਹੀ ਰਹੋ ਜਿਹੜਾ ਹਾਂ ਕਹੇ ਵੀ ਹਾਂ ਵੀ ਮੈਂ ਤੁਹਾਡੇ ਨਾਲ ਹੈ, ਜਿੱਥੇ ਚੱਲੂਗੇ ਉੱਥੇ ਅਸੀਂ ਤੁਹਾਡੇ ਨਾਲ ਹੈ, ਬਾਕੀ ਇੱਦਾਂ ਭੀੜ ਇਕੱਠੀ ਕਰਨੇ ਦਾ ਵੀ ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਅਤੇ ਹੁਣ ਪਰਮਜੀਤ ਸਿੰਘ ਹੈ, ਕਮਲਜੀਤ ਸਿੰਘ ਹੈ, ਇਹਨੇ ਆਪਣੇ ਪਿੰਡ ਅੱਧੀ ਰਾਤ ਨੂੰ ਵੀ ਜਾਣਾ ਹੈ ਜੀ, ਹਨੇਰਾ ਹੋ ਜਾਂਦਾ ਇਹਨੂੰ ਇੱਥੇ, ਅਸੀਂ ਅੱਗੇ ਹੋਏ ਵੇ ਹੈ, ਕੋਈ ਵੀ ਇਹਨਾਂ ਦਾ ਕੀ ਉਹ ਤਾਂ ਬਾਹਰ ਬਾਹਰ ਘਰ ਹੈ, ਕੋਈ ਵੀ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਕਿ ਪੰਚਾਇਤ ਭਾਈ ਉਹਦਾ ਹਰਜਾਨਾ ਦੇ ਸਕਦੇ, ਕਿਉਂਕਿ ਸਾਡੀ ਫਿਰ ਦੁਸ਼ਮਣੀਆਂ ਤਾਂ ਸਾਡੀਆਂ ਪੈ ਰਹੀਆਂ, ਅਸੀਂ ਅੱਗਾ ਹੋਏ ਦੁਸ਼ਮਣੀ ਸਾਡੀਆਂ ਪੈ ਰਹੀਆਂ। ਕੋਈ ਦੱਸੋ ਭਾਈ ਪੰਚਾਇਤ ਵੀ ਹਾਂ ਕੋਈ ਇਹਨਾਂ ਦਾ ਹਰਜਾਨਾ ਦਊਂਗੀ, ਕਹਿ ਲਓ ਕੋਈ ਵੀ ਨੁਕਸਾਨ ਹੁੰਦਾ ਇਹਨਾਂ ਦਾ। ਠੀਕ ਆ ਜੀ, ਬਸ ਇੱਥੇ ਬੈਠੇ ਆ ਆਪਣੀ ਜਮਾਤ 'ਤੇ ਪੱਕੇ ਰਹੋ, ਬਸ ਸਾਨੂੰ ਉਹਦਾ ਕੋਈ ਦੁਸ਼ਮਣੀ ਦਾ ਸਾਨੂੰ ਨਹੀਂ ਕੋਈ ਚੱਕਰ, ਕਿਉਂਕਿ ਅਸੀਂ ਜਦੋਂ ਘਰਾਂ ਤੋਂ ਸਾਨੂੰ ਪੰਚਾਇਤ ਦਾ ਵੀ ਅਸੀਂ ਨਾ ਪੁੱਛਿਆ ਨਾ ਦੱਸਿਆ ਵੀ ਅਸੀਂ ਇਹ ਮੁਹਿੰਮ ਲੱਗੇ ਚੱਕਣ, ਅਸੀਂ ਤਾਂ ਜਾ ਕੇ ਕਰਦੇ ਕੰਮ, ਸਾਨੂੰ ਇਹ ਡਰ ਭਾਵੇਂ ਹੈ ਨਹੀਂ ਕੋਈ ਵੀ ਕੋਈ ਕੇਅਰ ਕਰੇ ਜੋ ਹੁੰਦਾ ਜੋ ਬਾਅਦ ਦੀਆਂ ਗੱਲਾਂ, ਸਿਰਫ ਇੱਕ ਪੰਚਾਇਤ ਦੀ ਅਸੀਂ ਸਪੋਰਟ
ਪੁੱਛਣੀ ਚਾਹੁੰਦੇ, ਸਾਡਾ ਪੁੱਛਣਾ ਫਰਜ਼ ਹੈ ਵੀ ਭਾਈ ਸਾਡੇ ਨਾਲ ਹੈ ਵੀ ਹੈ, ਬਾਕੀ ਉਹ ਤੁਹਾਡੀ ਅੱਗੇ ਮੌਜ ਹੈ ਵੀ ਜਿੱਦਾਂ ਵੀ ਤੁਹਾਡਾ ਹਿਸਾਬ ਕਿਤਾਬ ਆਪਣਾ ਤੁਸੀਂ ਬੈਠ ਕੇ ਸਲਾਹ ਮਸ਼ਵਰਾ ਕਰ ਲਓ। ਬਸ ਠੀਕ ਹੈ ਜੀ, ਬਸ ਮੈਂ ਇਹੀ ਗੱਲਾਂ, ਕਿਉਂਕਿ ਇਹ ਗੱਲਾਂ ਤਿੰਨ ਮੁੱਦੇ ਤਿੰਨੇ ਜ਼ਰੂਰੀ ਸੀ। ਠੀਕ ਹੈ, ਬਾਕੀ ਜਿਵੇਂ ਤੁਹਾਡੀ ਮੌਜ ਹੈ ਆਪਣੀ ਸਲਾਹ ਕਰਕੇ ਦੱਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰੇ ਨੌਜਵਾਨ ਵੀਰ, ਸਾਡੇ ਲੰਬੜਦਾਰ ਜੀ ਦੋਨੋਂ ਸਰਪੰਚ ਅਤੇ ਚੌਧਰੀ ਸਾਹਿਬ ਅਤੇ ਨੌਜਵਾਨ ਸਾਰੇ ਵੀਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਵਧਾਈ ਦਿੰਦਾ ਹੈ ਕਿ ਜਿਨ੍ਹਾਂ ਨੇ ਇਹ ਕਦਮ ਚੱਕਿਆ ਹੈ ਕਿ ਨਸ਼ੇ ਦੇ ਬਰਖਿਲਾਫ਼ ਜਿਹੜੀ ਮੁਹਿੰਮ ਚਲਾਈ ਹੈ, ਸਾਰੇ ਵੀਰਾਂ ਨੂੰ ਇਹਦੀ ਬਹੁਤ ਬਹੁਤ ਮੈਂ ਆਪਣੇ ਵੱਲੋਂ ਵਧਾਈ ਦਿੰਦਾ। ਬਾਕੀ ਜੋ ਵੀ ਤੁਸੀਂ ਪਿੰਡ ਵਿੱਚ ਕਰੋਗੇ ਅਸੀਂ ਤੁਹਾਡੇ ਨਾਲ ਹੈ, ਚਾਹੇ ਮਨੋ ਚਾਹੇ ਧਨੋ, ਜਿੱਥੇ ਵੀ ਤੁਹਾਨੂੰ ਸਾਡੀ ਲੋੜ ਪਵੇ। ਅੱਧੀ ਰਾਤ ਨੂੰ 24 ਘੰਟੇ ਮੈਂ ਵਿਹਲਾ ਹੈ, ਕੋਈ ਮੈਂ ਡਿਊਟੀ 'ਤੇ ਨਹੀਂ ਜਾਂਦਾ, ਨਾ ਹੀ ਮੈਨੂੰ ਕੋਈ ਕੰਮ ਹੈ, ਵਿਹਲਾ ਹੈ, ਜਦੋਂ ਮਰਜ਼ੀ ਸੱਦੋ ਤੁਹਾਡੇ ਨਾਲ ਖੜਿਆ ਹੈ। ਇੱਕ ਦਿਨ ਵੀਰ ਮੈਨੂੰ ਮਿਲਿਆ ਸੀ, ਸਰਦਾਰ ਪ੍ਰੀਤਮ ਸਿੰਘ ਦਾ ਬੇਟਾ ਜਿਹੜਾ ਹੁਣੀ ਬੋਲ ਕੇ ਗਿਆ, ਕਿ ਕਹਿਣ ਲੱਗਿਆ ਵੀ ਭਾਈ ਸਾਡੀ ਹੈਲਪ ਕਰੋ। ਮੈਂ ਕਿਹਾ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਹੈ। ਕਹਿੰਦੇ ਬਸ ਸਾਨੂੰ ਤੁਹਾਡਾ ਇੰਨੀ ਸਾਥ ਵਧੇਰਾ, ਤੁਸੀਂ ਇਹ ਗੱਲ ਕਹੀ। ਸੋ ਮੈਂ ਫਿਰ ਵੀ ਦੁਬਾਰਾ ਵਿਸ਼ਵਾਸ ਦਵਾਉਂਦਾ, ਜਿੱਥੇ ਵੀ ਤੁਹਾਨੂੰ ਲੋੜ ਪਵੇ ਮੈਂ ਤੁਹਾਡੇ ਨਾਲ ਹੈ। ਬਾਕੀ ਜਿਹੜੀ ਨਸ਼ਿਆਂ ਦੀ ਗੱਲ ਹੈ, ਇਹ ਸਾਰਿਆਂ ਨੇ ਤੁਹਾਨੂੰ ਦੱਸੀ ਹੈ ਕਿ ਕੋਈ ਵੀ ਆਦਮੀ ਚਾਹੇ ਗੋਲੀਆਂ 'ਤੇ ਲੱਗੇ, ਚਾਹੇ ਕੋਈ ਉਹ ਕੈਪਸੂਲਾਂ 'ਤੇ ਲੱਗੇ, ਜਾਂ ਪੀਣ ਵਾਲੇ ਜਿਹੜੇ ਨਸ਼ੇ ਕੈਮੀਕਲ ਚੱਲ ਰਹੇ ਆ ਉਹਨਾਂ ਤੋਂ ਲੱਗੇ, ਥੋੜ੍ਹਾ ਥੋੜ੍ਹਾ ਨਸ਼ਾ ਕਰਦੇ ਕਰਦੇ ਜ਼ਿਆਦਾ ਵੱਧ ਜਾਂਦਾ ਹੈ। ਇੱਥੇ ਤੱਕ ਕਿ ਸਰਪੰਚ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਬਾਅਦ ਵਿੱਚ ਆਪਣੇ ਪੇਰੈਂਟਸਾਂ ਨੂੰ ਵੀ ਕੁੱਟਣ ਲੱਗ ਜਾਂਦੇ ਆ। ਸੋ ਜਿੱਥੇ ਇਹ ਉਸ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਹੈ, ਉੱਥੇ ਪਿੰਡ ਦਾ ਵੀ ਇਹ ਨੁਕਸਾਨ ਹੈ, ਕਿਉਂ ਪਿੰਡ ਦਾ ਵੀ ਨਾਂ ਆਉਂਦਾ ਹੈ। ਸੋ ਜਿਹੜੇ ਇਸ ਮੁਹਿੰਮ ਵਿੱਚ ਜਿਹੜੇ ਵੀਰਾਂ ਨੇ ਸਾਥ ਦਿੱਤਾ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ, ਕਿਉਂਕਿ ਜਿਹੜੇ ਖਾਲਸਾ TV ਚੈਨਲ ਵਾਲੇ ਇਹਨਾਂ ਨੇ ਜਿਹੜੀ ਮੁਹਿੰਮ ਚਲਾਈ ਹੈ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ, ਕਿਉਂਕਿ ਇਹ ਵੀ ਇੱਕ ਬਹੁਤ ਬੜੀ ਉਪਾਧੀ ਹੈ। ਕਿਉਂ ਜਦੋਂ ਇਹ ਕੋਈ ਵੀ ਚੀਜ਼ ਲੈਬ ਜਾਂ ਬਾਅਦ ਵਿੱਚ ਵਟਸਐਪ 'ਤੇ ਜਾਂ ਫੇਸਬੁੱਕ 'ਤੇ ਚਲਾਉਂਦੇ ਆ, ਇਹਨਾਂ ਦਾ ਵੀ ਨਾਂ ਆਉਂਦਾ ਹੈ, ਤਾਂ ਕਈ ਬੰਦੇ ਜਿਹੜਾ ਨਸ਼ੇ ਵਾਲੇ ਦਾ ਕੀ ਪਤਾ ਕਿਆ ਕੀ ਕਰ ਜਾਵੇ। ਸੋ ਸਾਨੂੰ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ। ਅਸੀਂ ਆਪਣੇ ਵੱਲੋਂ ਪੰਚਾਇਤ ਨੂੰ ਵੀ ਕਹਾਂਗਾ ਕਿ ਪੰਚਾਇਤ ਵੀ ਤੁਹਾਡੇ ਨਾਲ ਹੈ, ਭਾਵੇਂ ਕਿ ਅਸੀਂ ਤੁਹਾਡਾ 24 ਘੰਟੇ ਤਾਂ ਨਹੀਂ ਤੁਹਾਡੇ ਨਾਲ ਰਹਿ ਸਕਦੇ, ਪਰ ਜਿੱਥੇ ਵੀ ਸਾਡੀ ਲੋੜ ਪਵੇ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਸੋ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਖਿਦਰਾਬਾਦ ਦੇ ਵੀਰਾਂ ਨੇ ਜਿਹੜੀ ਇਹ ਮੁਹਿੰਮ ਚਲਾਈ ਹੈ, ਪੰਚਾਇਤ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਧੰਨਵਾਦ ਦੀ ਮੈਂ ਸਾਰੇ ਵੀਰਾਂ ਦਾ, ਜਿਹੜੇ ਸ਼ੁਕਰ ਮੈਂ ਦੇਖਦਾ ਵੀ ਸਾਡੇ ਵੀਰ ਇਹੋ ਜਿਹੇ ਹੈਗੇ ਆ ਜਿਹੜੇ ਸਾਫ਼ ਸੁਥਰੇ ਆ। ਸਭ ਤੋਂ ਪਹਿਲਾਂ ਤਾਂ ਬਾਈਆਂ ਦਾ ਧੰਨਵਾਦ ਆ ਜਿਹੜੇ ਆਏ ਆ, ਮੋਹਤਵਾਰ ਬੰਦਿਆਂ ਦਾ ਧੰਨਵਾਦ ਆ, ਜਿਹੜੇ ਬੰਦੇ ਸਾਨੂੰ ਸਮਝ ਲੱਗ ਗਿਆ ਵੀ ਪਿਓਰ ਬੰਦੇ ਆ ਇਹ, ਜਿਹੜੇ ਨਸ਼ੇ ਵਾਲੇ ਦੀ ਮਦਦ ਨਹੀਂ ਕਰਨਾ ਚਾਹੁੰਦੇ। ਅਤੇ ਵੀਰੇ ਇਹ ਪਿੱਛੇ 2 ਵਾਰੀ ਬੰਦੇ ਫੜੇ ਆ, ਆਪਾਂ ਨੇ ਫੜ ਕੇ ਪੁਲਿਸ ਥਾਣੇ ਦਿੱਤੇ ਆ। ਵੀਰ ਜੀ ਨਾਲ ਗੱਲ ਹੋਈ ਸੀ ਮੇਰੀ ਸਰਪੰਚ ਸਾਹਿਬ ਨਾਲ,
ਉਹ ਕਹਿੰਦੇ ਵੀ ਅਸੀਂ ਇੰਨੇ ਕੁ ਬੰਦੇ ਨੂੰ ਅਸੀਂ ਕਿੱਥੇ ਕੁ ਰੱਖੀਏ, ਨਸ਼ੇ ਤਾਂ ਲੱਗ ਗਏ ਬੰਦੇ ਖਾਣ, ਨਸ਼ੇ ਤਾਂ ਵੀਰੇ ਖਾਂਦੇ ਹਾਂ, ਨਸ਼ੇ ਸਾਡੇ ਪਿੰਡ 'ਚ ਵੀ ਬਹੁਤ ਹੋ ਗਿਆ, ਪਰ ਉਹ ਜਿਹੜੇ ਖਾਂਦੇ ਉਹਨਾਂ ਦਾ ਹੱਲ ਕਿਆ ਕਰਿਆ ਜਾਵੇ? ਅਸੀਂ ਉਹਨਾਂ ਦਾ ਹੱਲ ਪੁੱਛਦੇ ਹਾਂ, ਹੱਲ ਤਾਂ ਕੀ ਹੋਵੇ? ਜਿਹੜੇ ਬੰਦੇ ਖਾਂਦੇ, ਜਿਹੜੇ ਵੇਚਦੇ, ਦੇਖੋ ਜਿਹੜਾ ਬੰਦਾ ਵੇਚਦਾ ਅਤੇ ਜਿਹੜਾ ਬੰਦਾ ਸਪੋਰਟ ਕਰਦਾ, ਉਹ ਤਾਂ ਤਸਕਰਾਂ ਦੇ ਵਿੱਚ ਆ ਗਿਆ, ਵੇਚਣੇ 'ਚ ਆ ਗਿਆ ਜੀ, ਸਪੋਰਟ ਕਰਨੇ ਵਾਲਾ ਬੰਦਾ ਵੀ। ਜਿਹੜਾ ਬੰਦਾ ਖਾਂਦਾ ਉਹਦਾ ਕਿਆ ਹੱਲ ਕਰਿਆ ਜਾਊਗਾ? ਜਿੱਦਾਂ ਹੁਣ ਅਸੀਂ ਕਹਿੰਦੇ ਹਾਂ ਉੱਥੇ ਰੱਖਦੇ ਨਹੀਂ ਹੈਗੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ, ਉਹਨਾਂ ਦਾ ਵੀਰਾਂ ਦਾ ਹੱਲ ਹੋਣਾ ਚਾਹੀਦਾ ਜ਼ਰੂਰ। ਅਤੇ ਜਿਹੜਾ ਬੰਦਾ ਓਪਰਾ ਸਾਡੇ ਪਿੰਡ ਦੇ ਵਿੱਚ ਆਉਂਦਾ, ਇਹੋ ਜਿਹਾ ਬੰਦਾ, ਕੋਈ ਵੀ ਓਪਰਾ ਬੰਦਾ ਆਉਂਦਾ, ਉਹਨੂੰ ਸਾਨੂੰ ਇੱਕ ਵਾਰੀ ਤਾੜਨਾ ਜ਼ਰੂਰ ਦੇਣੀ ਚਾਹੀਦੀ ਆ। ਜਿਹੜਾ ਬੰਦਾ ਨਸ਼ਾ ਵੇਚਦਾ ਉਹਨੂੰ ਖਾਸ ਕਰਕੇ, ਜਿੱਦਾਂ ਵੀਰਾਂ ਨੇ ਕੰਮ ਕਰਿਆ, ਬੜਾ ਵਧੀਆ ਗੱਲ ਆ। ਮੈਂ ਮਾਣ ਦੇ ਨਾਲ ਇੱਕ ਗੱਲ ਕਹਿੰਦਾ ਵੀ ਮੇਰੇ ਮਾਤਾ ਨੇ ਸਰਵਿਸ ਕਰੀ ਸੀ ਟੀਯੂ ਦੇ ਵਿੱਚ, ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਲੱਗੀ, ਕਹਿੰਦੇ ਵੀ ਤੁਸੀਂ ਡੰਡਾ ਮੋਟਾ 'ਚ ਰੱਖ ਲਿਓ ਹੁਣ ਜੇ ਤੁਸੀਂ ਕੰਮ ਸ਼ੁਰੂ ਕਰਿਆ। ਮੈਂ ਪਹਿਲਾਂ ਡੰਡਾ ਇੱਕ ਪਤਲਾ 'ਚ ਰੱਖਦਾ, ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ, ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ, ਇਸ ਕਰਕੇ ਮੈਂ ਥੋੜ੍ਹਾ ਜਿਹਾ ਬਹੁਤਾ ਵਿੱਚ ਜਾਂਦਾ ਨਹੀਂ ਤਾਂ। ਅਤੇ ਫਿਰ ਵੀ ਮੈਂ ਮਾਣ ਵਾਲੀ ਗੱਲ ਕਰਦਾ ਵੀ ਮੈਂ ਬਾਈਆਂ ਦੇ ਨਾਲ ਤੁਰ ਕੇ ਮੈਂ ਆਪਣੇ ਆਪ ਨੂੰ ਚੰਗਾ ਸਮਝਦਾ, ਵੀ ਜਿਹੜਾ ਬਾਈਆਂ ਦੇ ਨਾਲ ਸਾਥ ਦੇ ਕੇ ਮੈਂ ਚੰਗਾ ਕੋਈ ਕੰਮ ਕਰ ਰਿਹਾ, ਹੁਣ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ, ਅਤੇ ਇਸ ਕਰਕੇ ਮੈਂ ਥੋੜ੍ਹਾ ਜਿਹਾ ਬਾਈਆਂ ਦੇ ਪਿੱਛੇ ਰਹਿਣਾ। ਅਤੇ ਬਾਕੀ ਧੰਨਵਾਦ ਆ ਬਾਈ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਨਾਲ ਰੱਖਿਆ, ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਸ ਵੀਰੋ, ਜਿਵੇਂ ਤੁਸੀਂ ਨਸ਼ੇ ਦੇ ਖਿਲਾਫ਼ ਸਾਡੇ ਪਿੰਡ ਮਾਂ ਇੰਨਾ ਵਧੀਆ ਪ੍ਰੋਗਰਾਮ ਕੀਤਾ, ਤੁਸੀਂ ਇਕੱਠੇ ਹੋਏ, ਬਹੁਤ ਵਧੀਆ ਕੰਮ ਕੀਤਾ ਤੁਸੀਂ। ਬਸ ਜਿਹੜੇ ਬਾਹਰ ਤੋਂ ਨਸ਼ਾ ਵੇਚਣ ਆਉਂਦੇ ਸਾਡੇ ਪਿੰਡ, ਉਹਨਾਂ ਪੱਖ ਰੱਖੋ ਜ਼ਿਆਦਾਤਰ। ਆਪਣੇ ਪਿੰਡ ਦੇ ਜਿਹੜੇ ਮੁੰਡੇ ਖਾਂਦੇ ਆ, ਉਹਨਾਂ ਨੂੰ ਤਾਂ ਅਸੀਂ ਸਮਝਾ ਸਕਦੇ ਹਾਂ, ਜਾਂ ਕੁੱਟਮਾਰ ਤਾਂ ਅਸੀਂ ਸਕਦੇ ਨਹੀਂ ਉਹਨਾਂ ਨੂੰ ਵੀ, ਹਾਂ ਕੁੱਟਮਾਰ ਕੇ ਕਰ ਲੂੰਗੇ ਸੈੱਟ। ਪਰ ਜਿਹੜੇ ਬਾਹਰ ਦੇ ਆਉਂਦੇ ਨਾ ਵੇਚਣ, ਉਹਨਾਂ ਨਾਲ ਤਾਂ ਅਸੀਂ ਸਾਰੇ ਰੂਲ ਫੋਲੋ ਕਰ ਸਕਦੇ, ਕੁੱਟ ਵੀ ਸਕਦੇ ਉਹਨਾਂ ਨੂੰ। ਬਾਕੀ ਤੁਸੀਂ ਬਾਹਰ ਦੇਖ ਰਹੇ ਹੋ ਚਾਰੇ ਪਾਸੇ ਪਿੰਡਾਂ ਦੇ ਪਿੰਡ ਉੱਠ ਉੱਠ ਕੇ ਇਹਨਾਂ ਜਿਹੜੇ ਨਸ਼ੇ ਵੇਚਦੇ ਆ, ਕਟਾਪਾ ਵੀ ਕਰ ਰਹੇ ਆ, ਵੱਢ ਟੁੱਕ ਵੀ ਕਰ ਰਹੇ ਆ। ਜੇ ਅਸੀਂ ਵੀ ਇੱਦਾਂ ਮਾੜਾ ਮੋਟਾ ਹੱਲਾ ਕਰੂੰਗੇ ਤਾਂ ਕੁਛ ਆਪਣੇ ਪਿੰਡ ਵਾਂ ਵੀ ਆਉਣ ਤੋਂ ਬਾਹਰ ਤੋਂ ਬਚੇਗਾ ਨਸ਼ਾ। ਬਾਕੀ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਇੱਥੇ ਪਹੁੰਚੀਆਂ ਸਮੁੱਚੀਆਂ ਸੰਗਤਾਂ, ਪਤਵੰਤੇ ਸੱਜਣ, ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਣਾ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਖਾਲਸਾ ਟੀ ਵੀ ਚੈਨਲ ਦਾ, ਜਿਨ੍ਹਾਂ ਦੇ ਜ਼ਰੀਏ ਅੱਜ ਸਾਨੂੰ ਸਾਰਿਆਂ ਨੂੰ ਨਸ਼ੇ ਦੇ ਖਿਲਾਫ਼ ਇਕੱਠੇ ਹੋਣ ਦਾ ਮੌਕਾ ਮਿਲਿਆ। ਮੈਂ ਬਤੌਰੇ ਸਰਪੰਚ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਵੀ ਆਪਾਂ ਨਸ਼ੇ ਦੇ ਖਿਲਾਫ਼ ਆਪਾਂ ਜਿਹੜੀ ਇਹ ਮੁਹਿੰਮ ਵੱਢੀ ਹੈ, ਇਹਨੂੰ ਆਪਾਂ ਇੱਥੇ ਰੋਕਣ ਨਹੀਂ ਦੇਣਾ ਵੀ ਅੱਜ ਮੀਟਿੰਗ ਹੋ ਗਈ ਆਪਾਂ ਖਤਮ ਕਰਤਾ ਇਹਨੂੰ। ਇਹਨੂੰ ਆਪਾਂ ਅੱਗੇ ਲੈ ਕੇ ਜਾਣਾ। ਇੱਥੇ ਇਕੱਠੇ ਹੋਣ ਦਾ ਮਕਸਦ ਅੱਜ ਆਪਣਾ ਏਜੰਡਾ ਬਣਾਉਣਾ ਵੀ ਉਹਦੇ ਖਿਲਾਫ਼ ਆਪਾਂ ਕਰਨਾ ਕੀ ਹੈ। ਉਹ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਆਪਾਂ ਬੈਠ ਕੇ ਇਕੱਠੇ ਹੋ ਕੇ ਘੜਾਂਗੇ, ਉਹਦੇ ਵਿੱਚ ਆਪਾਂ ਸਾਰੇ ਜਣੇ ਅੱਗੇ ਨੂੰ ਵੀ ਹਿੱਸਾ ਲਈਏ। ਜਿਹੜਾ ਨਸ਼ਾ ਹੈ, ਨਸ਼ੇ ਵਿੱਚ ਦੀ ਗ੍ਰਿਫਤ ਜਿਹੜਾ ਆ ਗਿਆ, ਉਹ ਇਹਦੇ 'ਚੋਂ ਨਿਕਲਦਾ ਬੜਾ ਔਖਾ। ਉਹਨੂੰ ਸਮਝਾ ਕੇ, ਜਿਹੜਾ ਆਪਾਂ ਕਹਿੰਦੇ ਨਾ ਵੀ ਉਹਦੇ ਪਰਿਵਾਰ ਨੂੰ ਪਤਾ ਨਹੀਂ, ਉਹਦੇ ਪਰਿਵਾਰ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਨਸ਼ਾ ਕਰਦਾ। ਪਰਿਵਾਰ ਵਿੱਚ ਮਾਇਆ ਸਭ ਤੋਂ ਪਹਿਲਾਂ ਪੜਦੇ ਪਾਈ ਜਾਂਦੀ ਹੈ, ਫਿਰ ਬਾਪ ਵੀ ਪੜਦਾ ਪਾਉਣ ਲੱਗ ਜਾਂਦਾ। ਜਦੋਂ ਅਸੀਂ ਜਾ ਕੇ ਸਮਝਾਉਂਦੇ ਹਾਂ
ਫਿਰ ਉਹ ਕਹਿੰਦੇ ਨਹੀਂ ਜੀ ਆਪਣੇ ਅਸੀਂ ਅਗਲੀ ਵਾਰੀ ਸਮਝਾ ਲੂੰਗੇ, ਨਹੀਂ ਅਗਲੀ ਵਾਰੀ ਸਮਝਾ ਲੂੰਗੇ, ਇਹੀ ਹੁੰਦਾ ਆਪਣੇ ਨਾਲ। ਜਿਹੜੇ ਸਾਡੇ ਪਿੰਡ 'ਚ ਨਸ਼ਾ ਵੇਚਦੇ ਆਪਾਂ ਸਾਰਿਆਂ ਨੂੰ ਪਤਾ ਉਹਨਾਂ ਦੇ ਨਾਮ, ਆਪਾਂ ਝਿਜਕ ਰਹੇ ਹਾਂ ਸਾਰੇ ਜਣੇ, ਕੋਈ ਨਾਮ ਨਹੀਂ ਲੈਂਦਾ ਉਹਦਾ। ਮੈਂ ਜਦੋਂ ਮੈਂ ਸਰਪੰਚ ਬਣਿਆ, ਜਿਹੜੇ ਜਿਹਨਾਂ ਦੀ ਮੈਨੂੰ ਨੌਲੇਜ ਸੀ ਜਾਂ ਮੈਨੂੰ ਇਲਾਕੇ ਨੇ ਦੱਸਿਆ, ਮਹੱਲੇ ਨੇ ਦੱਸਿਆ ਜਾਂ ਕਿਸੇ ਵਿਦਵੰਤੇ ਨੇ ਦੱਸਿਆ, ਮੈਂ ਉਹਨਾਂ ਕੋਲ ਜਾ ਕੇ ਪਰਸਨਲੀ ਦੋ ਦੋ ਚਾਰ ਚਾਰ ਵਾਰ ਜਾ ਕੇ ਉਹਨਾਂ ਕੋਲ, ਉਹਨਾਂ ਦੇ ਪਰਿਵਾਰਾਂ ਕੋਲ ਜਾ ਕੇ ਮੈਂ ਬੇਨਤੀ ਕਰਕੇ ਆਇਆ ਵੀ ਭਾਈ ਤੁਹਾਡੇ ਮੁੰਡੇ ਦਾ ਨਾਮ ਆਉਂਦਾ ਨਸ਼ੇ 'ਚ ਜਾਂ ਤੇਰੇ ਘਰ ਵਾਲੇ ਦਾ ਭਾਈ ਨਾਮ ਆਉਂਦਾ ਨਸ਼ੇ 'ਚ, ਜਾਂ ਜਾਣੇ ਨਹੀਂ ਜੀ ਇਹ ਤਾਂ ਪਹਿਲਾਂ ਕਰਦੇ ਤੇ ਜੀ ਹੁਣ ਇਹ ਹਟ ਗਿਆ, ਹੀ ਜਵਾਬ ਹੁੰਦਾ ਤਕਰੀਬਨ ਸਭ ਕੋਲ ਵੀ ਪਹਿਲਾਂ ਬਾਈ ਮੈਂ ਕਰਦਾ ਤਾਂ ਹੁਣ ਹਟ ਗਿਆ, ਮੈਂ ਤਾਂ ਮਾੜਾ ਮੋਟਾ ਖਾਂਦਾ ਹੀ ਹਾਂ। ਜਦ ਉਹ ਫਸ ਜਾਂਦੇ ਆ ਫਿਰ ਉਹ ਕਹਿੰਦੇ ਆ ਵੀ ਸਾਨੂੰ ਫਲਾਣੇ ਬੰਦੇ ਨੇ ਫੜਾਤਾ। ਜਿਹੜੇ ਬੰਦੇ ਦਾ ਨਾਮ ਆਉਂਦਾ ਹੈ, ਜੇ ਕਿਸੇ ਹੋਰ ਜਿਹੜਾ ਨਹੀਂ ਕਰਦਾ ਉਹਦਾ ਕਿਸੇ ਦਾ ਨਾਮ ਨਹੀਂ ਆਉਂਦਾ ਨਸ਼ੇ 'ਚ, ਜਿਹੜਾ ਕਰਦਾ ਜਾਂ ਵੇਚਦਾ ਉਹਦਾ ਹੀ ਨਾਮ ਆਉਂਦਾ ਕਿਉਂਕਿ ਗਲੇ ਮਹੱਲੇ ਨੂੰ ਪਹਿਲਾਂ ਪਤਾ ਲੱਗ ਜਾਂਦਾ। ਉਹਦੇ ਵਾਸਤੇ ਆਪਾਂ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰੀ, ਫੜਾਏ ਵੀ ਨਾਲ ਹੋ ਕੇ ਮੈਂ ਗ੍ਰਾਮ ਪੰਚਾਇਤ ਖਿਜਰਾਬਾਦ ਹੇਠਲੀ ਪੱਟੀ, ਮੇਰੀ ਉੱਪਰਲੀ ਪੱਟੀ ਵਾਲੇ ਸਰਪੰਚ ਸਾਹਿਬਾਂ ਨਾਲ, ਮੈਂਬਰ ਪੰਚਾਇਤਾਂ ਸਾਰਿਆਂ ਨਾਲ ਗੱਲ ਹੋਈ ਹੈ। ਉਹ ਕਹਿੰਦੇ ਵੀ ਅਸੀਂ ਇਸ ਮੁਹਿੰਮ 'ਚ ਤੁਹਾਡੇ ਨਾਲ ਹੈ। ਮੈਂ ਚਾਹੁੰਦਾ ਵੀ ਇੱਕ ਅਗਲੇ ਐਤਵਾਰ ਨੂੰ ਜਾਂ ਜਿਹੜਾ ਦਿਨ ਤੁਹਾਨੂੰ ਠੀਕ ਲੱਗੇ, ਜਿਸ ਦਿਨ ਛੁੱਟੀ ਹੋਵੇ, ਆਪਾਂ ਇੱਕ ਮਾਰਚ ਨੌਜਵਾਨਾਂ ਦੀ ਮਾਰਚ ਕੱਢੀਏ ਪਿੰਡ ਵਿੱਚ, ਜਿਹਦੇ ਵਿੱਚ ਜਿਵੇਂ ਆਪਾਂ ਨਗਰ ਕੀਰਤਨ 'ਚ ਪੜਾ ਲਾਉਂਦੇ ਹਾਂ ਜਾਂ ਵੈਸੇ ਪੜਾ ਲਾਉਂਦੇ ਹਾਂ, ਜਿੱਥੇ ਸਾਨੂੰ ਪਤਾ ਹੈ ਕੁਛ ਏਰੀਏ ਨੇ ਪਿੰਡ ਦੇ ਜਿਨ੍ਹਾਂ ਵਿੱਚ ਜ਼ਿਆਦਾ ਇਹਦੀ ਨਸ਼ੇ ਦੀ ਮਾਤਰਾ ਹੈ, ਖਾਸ ਕਰਕੇ ਜਿਸ ਤਰ੍ਹਾਂ ਸਤਨਾਮ ਜੀ ਨੇ ਗੱਲ ਕਰੀ, ਬਾਜ਼ਾਰ 'ਚ ਵੀ ਕੁਛ ਦੁਕਾਨਾਂ ਵਾਲੇ, ਉਹਨਾਂ ਨੂੰ ਵੀ ਆਪਾਂ ਵਾਰਨ ਕਰੀਏ, ਚਾਹੇ ਮੈਡੀਕਲ ਸਟੋਰ ਵਾਲਾ ਕੋਈ ਚਾਹੇ ਕੋਈ ਡਾਕਟਰ ਹੈ, ਵੀ ਭਾਈ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਣਾ। ਜਿਨ੍ਹਾਂ ਦੁਕਾਨਾਂ 'ਚ ਉਹ ਬੈਠੇ ਆ, ਜੇ ਸਾਡੇ ਹਟਾਉਣ ਤੋਂ ਬਾਅਦ ਵੀ ਨਹੀਂ ਹਟਦੇ, ਜਿਨ੍ਹਾਂ ਦੁਕਾਨਾਂ 'ਚ ਬੈਠੇ ਉਹਨਾਂ ਦੇ ਮਾਲਕਾਂ ਨੂੰ ਕਹੀਏ ਵੀ ਭਾਈ ਆਪਣੀ ਆ ਤਾਂ ਦੁਕਾਨ ਖਾਲੀ ਕਰਾਓ, ਨਹੀਂ ਤੁਹਾਡੇ ਫਿਰ ਵੀ ਐਕਸ਼ਨ ਹੋਊਗਾ। ਇਹ ਮਹਿਮੂਨ ਆਪਾਂ ਅੱਗੇ ਤੋਰੀਏ, ਜਿਹੜੇ ਬੱਚੇ ਖਾਂਦੇ ਆ ਆਪਣੇ ਮਹੱਲੇ ਵਾਲੇ ਉਹਨੂੰ ਤਾਂ ਆਪਣੇ ਤੌਰ 'ਤੇ ਸਮਝਾਓ, ਜਿਹੜੇ ਬਾਹਰਲੇ ਬੰਦੇ ਆਉਂਦੇ ਆ, ਜਿਵੇਂ ਕਿਸੇ ਮਹੱਲੇ ਵਿੱਚ ਵੀ ਨਾ ਕੋਈ ਬਾਹਰੀ ਬੰਦਾ ਆਉਂਦਾ ਮੋਟਰਸਾਈਕਲਾਂ 'ਤੇ, ਅੱਜ ਕੱਲ੍ਹ ਗੇੜੇ ਗੂੜੇ ਮਾਰਦੇ ਰਹਿੰਦੇ ਮੁੰਡੇ, ਆਪਾਂ ਇੱਕ ਵਾਰੀ ਦੇਖੀਏ, ਦੂਜੀ ਵਾਰੀ ਉਹਨੂੰ ਰੋਕ ਲਈਏ ਵੀ ਹਾਂ ਭਾਈ ਤੂੰ ਕੌਣ ਹੈ, ਕਿਹਨੂੰ ਮਿਲਣਾ, ਕਿਆ ਤੇਰਾ ਕੰਮ ਆ ਉਰੇ, ਕਿਆ ਤੇਰੀ ਰਿਸ਼ਤੇਦਾਰੀ ਆ। ਜੇ ਉਹ ਕੋਈ ਫਿਰ ਵੀ ਪੁੱਠਾ ਸਵਾਲ ਜਵਾਬ ਕਰਦਾ ਤਾਂ ਮੇਰਾ ਨੰਬਰ ਲੈ ਲਓ, ਜਾਂ ਫਿਰ ਖਿਜਰਾਬਾਦ ਦੇ ਜਿੰਨੇ ਵੀ ਮੋਹਤਵਰ ਬੰਦੇ ਆ ਸਾਰਿਆਂ ਕੋਲ ਤਕਰੀਬਨ ਸਭ ਦੇ ਨੰਬਰ ਹੈਗੇ ਆ, ਜਿਹੜਾ ਉੱਥੇ ਉਹਨਾਂ ਨੂੰ ਲੱਗਦਾ ਨੇੜੇ ਹੈਗਾ ਉਹਨੂੰ ਬੁਲਾ ਲਓ, ਉਹਨੂੰ ਇਸ ਤਰ੍ਹਾਂ ਨਾ ਛੱਡੋ ਤੁਸੀਂ ਵੀ ਹਾਂ ਇੱਕ ਵਾਰੀ ਉਹਨੂੰ ਛੱਡ ਦਿਓ ਪੁੱਛ ਕੇ ਵੀ ਤੇਰਾ ਕੰਮ ਕਿਆ ਏ, ਅਗਲੀ ਵਾਰੀ ਉਹਨੂੰ ਕਹੋ ਵੀ ਭਾਈ ਗੱਲ ਸੁਣ ਲਓ ਵੀ ਫਲਾਣਾ ਬੰਦਾ ਆ ਰਿਹਾ ਵੀ ਉਹਤੇ ਬਿਨਾਂ ਅਸੀਂ ਤੈਨੂੰ ਜਾਣ ਨਹੀਂ ਦੇਣਾ। ਜੇ ਆਪਾਂ ਇਸ ਤਰ੍ਹਾਂ ਦੇ ਕਦਮ ਚੱਕਣ ਲੱਗ ਜੂੰਗੇ ਫਿਰ ਮੇਰੇ ਖਿਆਲ ਨਾਲ ਜਿਹੜੇ ਬਾਹਰੀ ਵਿਅਕਤੀ ਆ ਕੇ ਉਹੀ ਸਪਲਾਈ ਕਰਕੇ ਜਾਂਦੇ ਉਹਨਾਂ ਨੂੰ ਠੱਲ ਪਊਗੀ ਵੀ ਬਾਈ ਜੀ ਖਿਜਰਾਬਾਦ 'ਚ ਤਾਂ ਹੁਣ ਕਟਾਈ ਲੱਗ ਗਈ ਹੋਣ। ਅਗਲੀ ਚੀਜ਼ ਜਿਹੜੀਆਂ ਅੱਜ ਕੱਲ੍ਹ ਖਿਜਰਾਬਾਦ 'ਚ ਖਾਸ ਕਰਕੇ ਨੇੜੇ ਦੀ ਚਾਹੇ ਥਾਣੇ ਵਾਲੀ ਸੜਕ ਦੀ ਲਾ ਲਈਏ, ਉੱਥੇ 8 ਵਜੇ ਬੰਦੇ ਤੋਂ 500 ਰੁਪਇਆ ਖੋਲਿਆ ਥੱਪੜ ਮਾਰ ਕੇ, ਉੱਥੇ 200 ਰੁਪਇਆ ਖੋਲਿਆ, ਉੱਥੇ ਕਿਸੇ ਨੂੰ ਕੁੱਟਮਾਰ ਕਰੀ ਜਾਂ ਕਿਸੇ ਦੀ ਗੱਡੀ ਖਰਾਬ ਹੋ ਗਈ ਉਹਦੇ ਵਿੱਚੋਂ ਹੀ ਗੱਡੀ ਖੜੀ ਕਰਕੇ ਅਗਲਾ ਘਰ ਚਲ ਗਿਆ, ਦੇਖਿਆ ਵਿੱਚੋਂ ਆ ਕੇ ਸ਼ੀਸ਼ਾ ਤੋੜ ਕੇ ਸਮਾਨ ਚੱਕ ਲਏ ਗਏ। ਇਹ ਚੋਰ ਕੋਈ ਹੋਰ ਨਹੀਂ, ਇਹ ਨਸ਼ੇ ਵਾਲੇ ਹੀ ਆ, ਕਿਉਂਕਿ ਨਸ਼ੇ ਦੀ ਜੇ ਥੋੜ੍ਹੇ ਹੁਣ ਸਖਤਾਈ ਕਰੀ ਸਰਕਾਰ ਨੇ ਤਾਂ ਉਹ ਤਾਂ ਰੇਟ ਵੱਧ ਗਏ ਬਹੁਤ ਜ਼ਿਆਦਾ, ਕੰਮ ਇਹਨਾਂ ਨੇ ਕਰਨਾ ਹੈ ਨਹੀਂ, ਹੁੰਦਾ ਨਹੀਂ ਹੈ, ਇਹਨਾਂ ਨੂੰ 5 ਮਿੰਟ ਖੜਾ ਕੇ ਦੇਖੋ ਨਸ਼ੇ ਵਾਲੇ ਨੂੰ ਕੰਬਣ ਲੱਗ ਜਾਂਦੇ ਆ। ਮੇਰੇ ਦੇਖੇ ਦੀ ਗੱਲ ਹੈ, ਮੈਂ ਬੰਦੇ ਦਾ ਨਾਮ ਨਹੀਂ ਲੈਣਾ, ਸਾਡੇ SHO ਸਾਹਿਬ ਉਹਨਾਂ ਨੇ ਨਸ਼ੇ ਵਾਲਾ ਫੜ ਲਿਆ ਇੱਕ, ਉਹਦੇ 'ਤੇ ਪਰਚਾ ਦੇਣ ਲੱਗੇ, ਉਹ ਬੈਠਾ 3-1 ਦਿਨ ਰੱਖਿਆ ਉਹਨੂੰ, ਜਦ ਦੇਖਿਆ ਬੈਠਿਆ ਉਹ ਤਾਂ ਕੰਬੇ ਬੰਦਾ, ਉਹ ਕਹਿੰਦੇ ਇਹਨੂੰ ਉਹਨਾਂ ਦੀ ਹਾਲਤ ਇਹ ਹੋ ਗਈ ਉਹ ਤੁਰ ਵੀ ਨਹੀਂ ਸਕਦੇ ਦੋ ਡਿੰਗਾ, ਜਾਣੀ ਇਹਨੂੰ ਤਾਂ ਮੁਹਿੰਮ ਨੂੰ ਆਪਾਂ ਜੇ ਸਰਕਾਰ 'ਤੇ ਹੀ ਛੱਡੀਏ, ਸਰਕਾਰ ਨੇ ਨਹੀਂ ਹੱਲ ਕਰਨਾ, ਇਹ ਤਾਂ ਆਪਾਂ ਨੂੰ ਆਪ ਹੱਲ ਕਰਨੀ ਪਊਗੀ। ਵੀ ਜਦੋਂ ਤੁਹਾਨੂੰ ਠੀਕ ਲੱਗੇ ਇੱਕ ਆਪਾਂ ਮੁਹਿੰਮ ਜੀ ਚਲਾਈਏ, ਮੁਹਿੰਮ ਚਲਾ ਕੇ ਖਿਜਰਾਬਾਦ ਵਿੱਚ ਜਿਵੇਂ ਕਾਲਾ ਜੀ ਨੇ ਕਿਹਾ, ਸੱਤਾ ਜੀ ਨੇ ਕਿਹਾ ਵੀ ਇੱਕ ਜਾਗੋ ਟਾਈਪ ਕੱਢੀਏ ਵੀ ਭਾਈ ਗੱਲ ਸੁਣ ਲਓ ਵੀ ਹੁਣ ਤੁਸੀਂ ਹਟਣਾ ਹਟ ਜਾਓ, ਜਿਹੜੇ ਤੁਹਾਡੇ ਕੋਲ ਆਉਂਦੇ ਨਸ਼ਾ ਵੇਚਣ ਵਾਲੇ, ਜਿਹੜੇ ਖਿਜਰਾਬਾਦ ਦੇ ਵੀ ਕੁਛ ਬੰਦੇ ਬਾਹਰ ਫਿਰ ਰਹੇ ਹਲੇ ਨਸ਼ਾ ਵੇਚਣ ਵਾਲੇ, ਜਿਹਨਾਂ ਸਭ ਨੂੰ ਪਤਾ ਵੀ ਇਹ ਕੰਮੇ ਇਹ ਕਰਦੇ,
ਜਦ ਉਹ ਬੰਦੇ ਤੁਹਾਡੀ ਗਲੀ 'ਚ ਆਉਂਦੇ ਉਹਨਾਂ ਨੂੰ ਰੋਕੋ ਵੀ ਤੂੰ ਭਾਈ ਸਾਡੇ ਮਹੱਲੇ 'ਚ ਕੀ ਕਰਨਾ, ਸਾਨੂੰ ਪਤਾ ਹੈ ਵੀ ਉਹ ਕਰਦੇ ਆ ਅੱਜ ਵੀ, ਪਰ ਫੜੇ ਨਹੀਂ ਹੋਏ, ਫੜ ਨਹੀਂ ਹੋਏ ਜਾਂ ਫੜ ਹੋਏ ਤਾਂ ਉਹ ਛੁੱਟ ਜਾਂਦੇ ਆ, ਪਰਚੇ ਵੀ ਹੋਏ ਵੀ ਉਹਨਾਂ 'ਤੇ, ਉਹਨਾਂ ਨੂੰ ਵਾਰਨਿੰਗ ਦਿਉ ਵੀ ਭਾਈ ਤੂੰ ਤੇਰਾ ਹੈਗਾ ਕੰਮ ਗਲਤ, ਤੂੰ ਸਾਡੇ ਮਹੱਲੇ 'ਚ ਨਹੀਂ ਆਉਣਾ ਚਾਹੀਦਾ, ਜਿਹੜੇ ਬੰਦੇ ਕੋਲ ਉਹ ਆਉਂਦੇ ਉਹਨੂੰ ਵੀ ਵਾਰਨਿੰਗ ਦੇ ਦਿਉ ਭਾਈ ਤੂੰ ਇਹਨੂੰ ਮਿਲਣਾ ਬਾਹਰ ਮਿਲ ਜਿੱਥੇ ਮਰਜ਼ੀ, ਆਪਣੇ ਗਲੀ ਮਹੱਲੇ ਵਿੱਚ ਨਾ ਆਵੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਧਿਆਨ 'ਚ ਰੱਖ ਕੇ ਚਲੋ, ਬਾਕੀ ਜਿਵੇਂ ਤੁਸੀਂ ਸਾਰੇ ਜਣੇ ਰਲ ਕੇ ਰਣਨੀਤੀ ਬਣਾਉਂਗੇ, ਇੱਕ ਆਪਾਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ, ਚੋਰੀ ਦੇ ਕੇਸ 'ਚ ਔਰ ਨਸ਼ੇ ਦੇ ਕੇਸ 'ਚ ਗ੍ਰਾਮ ਪੰਚਾਇਤ ਖਿਜਰਾਵਾ ਹੇਠਲੀ ਪੱਟੀ ਔਰ ਉੱਪਰਲੀ ਪੱਟੀ ਤਾਂ ਮੇਰੇ ਹਿਸਾਬ 'ਚ ਕੋਈ ਜਾਊਂਗਾ ਨਹੀਂ, ਮੈਂ ਆਪਣੇ ਵੱਲੋਂ ਪੂਰਾ ਭਰੋਸਾ ਦਵਾਉਂਦਾ ਵੀ ਕੋਈ ਚੋਰੀ ਵਾਲੇ ਕੇਸ 'ਚ ਕੋਈ ਨਸ਼ੇ ਵਾਲੇ ਹੇਠ 'ਚ ਅਸੀਂ ਫੜਾਉਣ ਤਾਂ ਜਾ ਸਕਦੇ ਹਾਂ ਪਰ ਛੁਡਵਾਉਣ ਨਹੀਂ ਜਾਊਂਗਾ ਕਦੇ ਵੀ। ਇਹਦੇ ਬਾਰੇ ਮੈਂ ਕਹਿੰਦਾ ਉਹਦੇ ਬਹੁਤ ਮਾੜੀ ਗੱਲ ਹੈ ਜਿਹੜਾ ਕੋਈ ਬੰਦਾ ਇਹ ਛੁਡਵਾ ਕੇ ਆਇਆ, ਔਰ ਮੈਂ ਕਹਿੰਦਾ ਵੀ ਜਦ ਤੁਹਾਨੂੰ ਪਤਾ ਲੱਗ ਗਿਆ ਸੀ ਫਿਰ ਜੇ ਹੇਠਲੀ ਪੱਟੀ ਦਾ ਸੀ ਤਾਂ ਤੁਹਾਨੂੰ ਘੱਟੋ ਘੱਟ ਚਾਹੀਦਾ ਸੀ ਮੈਨੂੰ ਫੋਨ ਕਰਕੇ ਕਹਿੰਦੇ ਇੱਕ ਵਾਰ ਜਾਂ ਪਤਾ ਹੀ ਲੱਗਿਆ ਵੀ ਫਲਾਣਾ ਬੰਦਾ ਭਾਈ ਇਹ ਛੁਡਵਾ ਰਿਹਾ। ਜੇ ਉੱਪਰਲੀ ਪੱਟੀ ਦਾ ਸੀ, ਜੇ ਉੱਪਰਲੀ ਪੱਟੀ ਦਾ ਸੀ ਤਾਂ ਧੰਨਾ ਜੀ ਨੂੰ, ਕੁਸ਼ਲਪਾਲ ਜੀ ਨੂੰ ਫੋਨ ਕਰਦੇ, ਠੀਕ ਹੈ। ਜੇ ਛੁਡਾ ਕੇ ਆਇਆ ਤੁਸੀਂ ਮੈਨੂੰ ਦੱਸਿਓ ਉਹਦੇ ਨਾਮ, ਮੈਂ ਉਹਨੂੰ ਪਰਸਨਲੀ ਤੌਰ 'ਤੇ ਵਾਰਨਿੰਗ ਦਿੰਦੇ ਹਾਂ ਪਹਿਲਾਂ ਇੱਕ, ਔਰ ਦੂਜੀ ਵਾਰੀ ਉਹਦਾ ਬਾਈਕਾਟ ਕਰਾਂਗੇ ਅਸੀਂ, ਚਾਹੇ ਕਿਸੇ ਪਾਰਟੀ ਦਾ ਹੋਵੇ ਆਪਾਂ ਉਹਦਾ ਸੋਸ਼ਲ ਬਾਈਕਾਟ ਕਰਾਂਗੇ ਬੰਦੇ ਦਾ ਜਿਹੜਾ ਨਸ਼ੇ ਵਾਲਿਆਂ ਨੂੰ ਛੁਡਾ ਕੇ ਲਿਆਊਂਗਾ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰੀ ਆ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰੀ ਆ ਰਾਜੇ ਦੀ ਅਨਾਊਂਸਮੈਂਟ ਨਾਲੋਂ, ਜਿਵੇਂ ਅੱਜ ਆਪਣੀ ਸੰਗਤ ਇਕੱਠੀ ਆ, ਜਿਹੜੀ ਰਾਜੇ ਦੀ ਅਨਾਊਂਸਮੈਂਟ ਨਾਲੋਂ ਜਿਹੜੀ ਅੱਜ ਆਪਾਂ ਸੰਗਤ ਬੈਠੀ ਆ, ਜੇ ਇੰਨੀ ਕੁ ਸੰਗਤ ਨੇ ਵੀ ਆਪਾਂ ਪਿੰਡ 'ਚ ਗੇੜਾ ਦੇ ਦਈਏ, ਹੋਕਾ ਦੇ ਦਈਏ, ਲੋਕਾਂ ਨੂੰ ਪਤਾ ਲੱਗੂਗਾ ਵੀ ਫਲਾਣਾ ਬੰਦਾ ਵੀ ਨਸ਼ੇ ਦੇ ਖਿਲਾਫ ਹੈ, ਫਲਾਣਾ ਵੀ ਨਸ਼ੇ ਦੇ ਖਿਲਾਫ ਹੈ, ਦੋਵੇਂ ਪੰਚਾਇਤਾਂ ਨਸ਼ੇ ਦੇ ਖਿਲਾਫ ਹੈ, ਫਿਰ ਇਹ ਚੀਜ਼ ਦਾ ਮੇਰੇ ਹਿਸਾਬ 'ਚ ਉਹਦੇ ਨਾਲ ਵੀ ਵੱਧ ਅਸਰ ਪਊਗਾ ਜਿੱਥੇ, ਹਾਂ ਜਿੱਥੇ ਅਗਲੇ ਐਤਵਾਰ ਦਾ ਰੱਖ ਲਓ। ਨਹੀਂ ਨਹੀਂ ਜੇ ਕੋਈ ਗਲਤ ਵਾਈਪੇ ਤੁਹਾਨੂੰ ਆ ਕੇ ਗੱਲਬਾਤ ਕਰਦਾ ਅਸੀਂ
ਤੁਹਾਡੇ ਨਾਲ ਖੜੇ ਆ, ਜਿਹੜੀ ਤੁਹਾਨੂੰ ਧਮਕੀ ਦਿੱਤੀ ਹੈ ਮੈਂ ਵਟਸਐਪ ਬਹੁਤ ਘੱਟ ਚਲਾਉਂਦਾ, ਕਈ ਦਿਨਾਂ ਬਾਅਦ ਤੁਹਾਡੇ ਜਰਾਬ ਨੂੰ ਪਤਾ ਲੱਗੇ ਤੁਹਾਨੂੰ ਧਮਕੀ ਦਿੱਤੀ ਹੈ, ਅਤੇ ਆਪਾਂ ਹੁਣੇ ਵੀਡੀਓ ਬਣਾ ਕੇ ਮੰਗਦੇ ਹਾਂ ਜਿੱਦਾਂ ਵੀ ਹੈਗਾ ਤੁਹਾਡੇ ਨਾਲ ਖੜੇ, ਜਦ ਤੱਕ ਤੁਸੀਂ ਸੱਚ ਦੇ ਖੜੇ ਆਪਾਂ ਤੁਹਾਡੇ ਨਾਲ ਖੜੇ। ਬਾਕੀ ਗੱਲ ਆਪਣਾ ਸਾਰੇ ਫੈਸਲਾ ਕੱਲ੍ਹ ਨੂੰ ਨਸ਼ਾ ਛਡਾਉਣ ਵਾਸਤੇ ਹੋ ਗਏ ਪਹਿਲਾਂ, ਵੀ ਸਰਕਾਰ ਸਾਨੂੰ ਕਿੱਦਾਂ ਸਹਿਯੋਗ ਦਿੰਦੀ ਹੈ, ਸੈਂਟਰ ਇੱਥੇ ਖਿਲਾਫ ਦਿੰਦੀ ਹੈ, ਕੋਈ ਜਾਂ ਬੰਦੇ ਕਿੱਦਾਂ ਕਰਨੇ ਆ, ਇਹ ਬਾਰੇ ਸੋਚੋ ਵੀਰੇ। ਆਪਾਂ ਮਾਰ ਕਟਾਈ ਵੱਲ ਨਫ਼ਰਤ ਨੂੰ ਸਿਰਫ ਨਫ਼ਰਤ ਨਾਲ ਹੀ ਪਿਆਰ ਨਾਲ ਜਿੱਤਿਆ, ਅਸੀਂ ਕੰਮ ਕਰਕੇ ਦੇਖ ਲਈ ਕੁਝ ਨਹੀਂ ਬਣਾ। ਬਾਕੀ ਸਹੀ ਗੱਲ ਆ ਬਾਈ ਜੀ, ਮੈਂ ਗੱਲ ਤੋਂ ਸਹਿਮਤ ਹਾਂ। ਦੇਖੋ ਅਸੀਂ ਕੇਲਿਆਂ ਨੂੰ ਜੇਲ੍ਹ ਭੇਜ ਸਕਦੇ ਹਾਂ, ਜਿਹੜਾ ਨਸ਼ਾ ਵੇਚਦੇ ਬਾਕੀ ਉਹਦਾ ਕਟਾਪਾ ਹੀ ਹੋਣਾ ਚਾਹੀਦਾ ਜੀ, ਆਪਣੇ ਵੀ ਵਿੱਚੇ ਦਾ ਅਸਰ ਪਿਆ ਹੁਣ ਪਿਆ ਹੁਣ ਪਿਆ ਸੀ ਪਿੰਡ ਮੈਂ ਠੱਲ ਪਈ ਚੀਜ਼ ਦੀ, ਜਿਹੜਾ ਨਾ ਕਾਨੂੰਨੀ ਪਿੰਡ ਦੇ ਵਿੱਚ ਠੱਲ ਪਈ ਆਪਾਂ ਨੂੰ।